हरि राय हरि कृष्ण गुर तेग बहादुर चंद दसवें गोविंद सिंह गुर नमो चरण अरविंद। जिसमें अमृत ज्ञान है माणक भगत विराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एकंकारा सतगुरु ते प्रसाद सच होय वाहिगुरु जी की फतेह विघ्न विनाशन सोय वाहिगुरु जी की फतेह विघ्न विनाशन सोय। सतनाम श्री वाहिगुरु साहिब जीओ दोहरा पुन केतक दिन बित गए हठ ते फिरयो सुभाय बढ़ता पित की सिमर उर मिलन चाहे उपजाय पुन केतक दिन बित गए। वाहिगुरु जी का खालसा वाहिगुरु जी की फतेह। अदत पावन भगत वत्सल कृपा दे खजाने जुग जुग अटल दसाही पातशाहियां दी जागदी जोत धन धन सतगुरु ग्रंथ साहिब महाराज जी दी पावन पवित्र हजूरी विच धन सतगुरु गोविंद सिंह साहिब महाराज जी की चलाई हुई दमदमी टकसाल के महापुरख श्री मान संत बाबा ठाकुर सिंह साहिब जी के यादगारी अस्थान गुरद्वारा अकाल दरबार साहिब विखे रोजाना गुर इतिहास की कृपा गुर इतिहास की कथा सतगुरु जी की कृपा नाल जो चल रही है। गुरु प्यारिओ आओ कुछ समय वास्ते सतगुरु हर राय साहिब महाराज जी के पावन इतिहास विचों प्रसंग सरवण करिए। सतगुरु गरीब नवाज जी ने अपने सपुत्र राम राय नूं दिल्ली भेजा है। जिस वेले नरंगे ने सतगुरु जी नूं बुलाया सतगुरु जी ने ये वचन किया कि असी तुरक दे मूँह नहीं लगना उहदे मत्थे नहीं लगना। और सतगुरु सच्चे पातशाह जी ने वचन किया कि कोई सिख जिहड़ा जाना चाहे उस वेले सारे सिखां ने नरंगे नूं पापी जाण के निर्दयी जाण के करड़े सुभा दा जाण के सो जाण तों संकोचे। उस वेले बाबा राम राय जी ने अपनी इच्छा जाहिर कीती कि सतगुरु जी जे मैनू शक्तियां दे के भेजण तां मैं जाण नूं तैयार हाँ। धन गुरु गरीब नवाज जी ने वचन कीता कि जो भी तू मुख तों वचन करेगा धन गुरु नानक देव महाराज जी तेरा वचन पूरा करनगे सतगुरु जी तेरी रसना दे वसणगे। जाओ उहदे प्रश्नां दा उत्तर देना जो शक्ति वेखणी चाहुंदा है दसणा उहनूं दिखाउणा गुरु घर दी वडियाई इस तरह उत्थे प्रगट करनी। गुरु प्यारिओ राम राय जी दिल्ली पहुँचे आ उत्थे
ਬਹੁਤ ਕਰਾਮਾਤਾਂ ਵਿਖਾਈਆਂ ਔਰ ਤੁਰਕਾਂ ਦੇ ਵਿੱਚ ਸਾਰਿਆਂ ਵਿੱਚ ਜਿੰਨੇ ਵੀ ਮਲਾਨੇ ਆਦਿਕ ਸਨ ਵੇਖ ਕਰਕੇ ਸਾਰੇ ਹੈਰਾਨ ਹਨ ਬਾਦਸ਼ਾਹ ਦੇ ਸਮੇਤ ਔਰ ਈਰਖਾ ਕਰਨ ਲੱਗੇ ਆ ਮੁੱਲਾ ਆਦਿਕ ਕਾਜੀ ਆਦਿਕ ਬਹੁਤ ਯਤਨ ਕੀਤੇ ਕਿ ਕਿਸੇ ਪ੍ਰਕਾਰ ਨਾਲ ਰਾਮ ਰਾਏ ਜੀ ਨੂੰ ਨੀਵਾਂ ਦਿਖਾਇਆ ਜਾਵੇ ਪਰ ਕਿਸੇ ਪ੍ਰਕਾਰ ਵੀ ਉਹ ਪਿੱਠ ਨਹੀਂ ਲਾ ਸਕੇ। ਜੋ ਵੀ ਉਹਨਾਂ ਨੇ ਸਾਜਿਸ਼ ਰਚੀ ਸਾਰੀਆਂ ਉਹਨਾਂ ਦੀਆਂ ਰਾਮ ਰਾਏ ਜੀ ਨੇ ਗੁਰੂ ਕੇ ਪਿਆਰਿਓ ਅੰਤਰਜਾਮੀ ਸਨ ਜਾਣ ਲਈਆਂ ਔਰ ਕਿਸੇ ਪ੍ਰਕਾਰ ਵੀ ਸ਼੍ਰੀ ਰਾਮ ਰਾਏ ਜੀ ਦੇ ਅੱਗੇ ਉਹਨਾਂ ਦਾ ਕੋਈ ਜ਼ੋਰ ਨਾ ਚੱਲਿਆ। ਆਖਰ ਨੂੰ ਸੋ ਇਹਨਾਂ ਨੇ ਇੱਕ ਯਤਨ ਕੀਤਾ, ਕਹਿਣ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆ, ਜਲਦੀ ਕਰੇ ਪੁਕਾਰ। ਇਸ ਵਿੱਚ ਮੁਸਲਿਮ ਦੀਨ ਦੀ ਸਤਿਗੁਰੂ ਜੀ ਨੇ ਨਿੰਦਿਆ ਕੀਤੀ ਹੈ, ਇਹਦਾ ਜਵਾਬ ਰਾਮ ਰਾਏ ਜੀ ਤੋਂ ਲਓ। ਉੱਥੇ ਰਾਮ ਰਾਏ ਜੀ ਨੇ ਜਦੋਂ ਇਹ ਪੁੱਛਿਆ ਗਿਆ ਇਹ ਜਾਣ ਕੇ ਕਿ ਮੇਰਾ ਬਾਦਸ਼ਾਹ ਨਾਲ ਚੰਗਾ ਰਸ ਬਣਿਆ, ਬਾਦਸ਼ਾਹ ਮੇਰੇ ਆਖੇ ਲੱਗਦਾ ਹੈ, ਮੇਰਾ ਸਤਿਕਾਰ ਕਰਦਾ ਹੈ, ਕਿਤੇ ਇਹ ਨਾਰਾਜ਼ ਨਾ ਹੋ ਜਾਵੇ, ਇਹ ਵਚਨ ਕਰਤਾ ਮਿੱਟੀ ਮੁਸਲਮਾਨ ਕੀ ਨਹੀਂ ਮਿੱਟੀ ਬੇਈਮਾਨ ਕੀ ਹੈ। ਇਹ ਜਦੋਂ ਪਤਾ ਲੱਗਾ ਸੰਗਤ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਦੇ ਕੋਲ ਪੱਤਰਿਕਾ ਲਿਖ ਕੇ ਭੇਜੀ, ਇੱਕ ਸਿੱਖ ਲੈ ਕੇ ਆਇਆ। ਜਿਸ ਵੇਲੇ ਗੁਰੂ ਕੇ ਪਿਆਰਿਓ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਉਹ ਪੱਤਰਿਕਾ ਪੜ੍ਹੀ ਹੈ, ਉਹ ਚਿੱਠੀ ਪੜ੍ਹੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਗਿਆ ਅਤੇ ਤਿੰਨੇ ਭਵਨ ਦੇ ਜੀਵ ਦੇਵਤੇ ਜਸ਼ ਦੈਂਤ ਸਾਰੇ ਰਾਜੇ ਆਦਿਕ ਸਤਿਗੁਰੂ ਜੀ ਦੀ ਆਗਿਆ ਨੂੰ ਸਿਰ ਧਰ ਕੇ ਮੰਨਦੇ ਰਹੇ ਹੈ। ਕੌਣ ਤਿੰਨਾਂ ਭਾਵਨਾ ਵਿੱਚ ਜੋ ਸਤਿਗੁਰੂ ਜੀ ਦੀ ਆਗਿਆ ਨੂੰ ਟਾਲ ਦੇ, ਪਰ ਇਹਨੇ ਕੀ ਕੀਤਾ ਹੈ ਤੁਰਕ ਨੂੰ ਖੁਸ਼ ਕਰਨ ਵਾਸਤੇ, ਉਹਦੀ ਖੁਸ਼ਾਮਦੀ ਵਾਸਤੇ, ਉਹਦਾ ਮੂੰਹ ਲਿਹਾਜ਼ ਰੱਖਣ ਵਾਸਤੇ ਸਤਿਗੁਰੂ ਜੀ ਦੀ ਬਾਣੀ ਨੂੰ ਜ਼ੁਬਾਨੀ ਬਦਲਿਆ, ਕੱਖਰ ਭਾਵੇਂ ਬਦਲਿਆ, ਇਹ ਨਹੀਂ ਹੋਣਾ ਚਾਹੀਦਾ ਸੀ। ਫਿਰ ਇਹਨੇ ਵਾਰ ਵਾਰ ਕਰਾਮਾਤਾਂ ਵਿਖਾਈਆਂ, ਜਿੱਥੇ ਲੋੜ ਸੀ ਉੱਥੇ ਵਿਖਾ ਦਿੰਦਾ, ਪਰ ਖੁੱਲ੍ਹੇ ਥਾਂ ਸ਼ਕਤੀ ਵਰਤੀ, ਬਹੁਤ ਥਾਂ ਦੇ ਉੱਪਰ ਬਗਾਨੀ ਜਾਣ ਕੇ, ਜਿਵੇਂ ਕਿਸੇ ਨੇ ਕੋਈ ਬਗਾਨੀ ਚੀਜ਼ ਲੈਂਦੀ ਹੋਵੇ ਉਹ ਬਹੁਤੀ ਵਰਤਦੇ ਆ। ਇਸ ਪ੍ਰਕਾਰ ਇਹਨੇ ਕੀਤਾ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਇਸ ਪ੍ਰਕਾਰ ਨਾਲ ਜਾਣ ਕਰਕੇ ਵਚਨ ਕਰ ਦਿੱਤਾ ਕਿ ਉਹਨੂੰ ਜਾ ਕੇ ਕਹਿ ਦਿਓ ਜਿੱਥੇ ਉਹ ਹੈ ਸਾਡੇ ਮੱਥੇ ਨਾ ਲੱਗੇ ਆ ਕਰਕੇ। ਸੋ ਉਹਨੂੰ ਗੁਰੂ ਘਰ ਤੋਂ ਛੇਕਿਆ ਗਿਆ ਹੈ, ਖਾਰਜ ਕਰਤਾ, ਉਹਨੂੰ ਗੁਰਗੱਦੀ ਨਹੀਂ ਦਿੱਤੀ ਜਾਏਗੀ ਔਰ ਸਾਡੇ ਆ ਕੇ ਮੱਥੇ ਵੀ ਨਾ ਲੱਗੇ। ਇਹਨਾਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਗੁਰਬਾਣੀ ਦਾ ਸਤਿਕਾਰ ਕੀਤਾ। ਗੁਰੂ ਪਿਆਰਿਓ ਪਹਿਲਾਂ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਇਤਿਹਾਸ ਵਿੱਚ ਇਹ ਵਚਨ ਆਏ ਹੈ, ਕੋਈ ਸੰਗਤ ਦੂਰ ਇਲਾਕੇ ਤੋਂ
ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਹੋਏ ਸਤਿਗੁਰਾਂ ਦੇ ਹਜ਼ੂਰ ਆਏ। ਉਸ ਸਮੇਂ ਸਤਿਗੁਰੂ ਗਰੀਬ ਨਿਵਾਸ ਜੀ ਆਪਣੇ ਪਲੰਘੇ 'ਤੇ ਵਿਰਾਜਮਾਨ ਸਨ, ਸੁਭਾਏਮਾਨ ਸਨ। ਸੰਗਤ ਪ੍ਰੇਮ ਵਿੱਚ ਮਿਲ ਕਰਕੇ ਸਤਿਗੁਰਾਂ ਦੇ ਪਲੰਘੇ ਦੇ ਕੋਲ ਆ ਕੇ ਬੈਠ ਕੇ ਬਾਣੀ ਪੜ੍ਹਨ ਲੱਗ ਪਏ ਗੁਰੂ ਸਿੱਖ ਜੋ ਸਨ। ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਛੇਤੀ ਨਾਲ ਉੱਠੇ ਹਨ, ਅਬੜਵਾਏ ਉੱਠੇ ਔਰ ਪਲੰਘੇ ਸਾਹਿਬ ਤੋਂ ਸਤਿਗੁਰੂ ਜੀ ਨੇ ਹੇਠਾਂ ਉਤਰਨਾ ਕੀਤਾ। ਜੋ ਛੇਤੀ ਨਾਲ ਉਤਰਨ ਤੋਂ ਸਤਿਗੁਰੂ ਜੀ ਦਾ ਜੋ ਗੋਡਾ ਹੈ ਹੀ ਦੇ ਨਾਲ ਵੱਜਣ ਕਰਕੇ ਸੋ ਚੋਟ ਲੱਗ ਗਈ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਇੰਨੀ ਕਾਹਲੀ ਕਿਉਂ ਕੀਤੀ? ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਸੰਗਤ ਇਹ ਗੁਰੂ ਕੇ ਸਿੱਖ ਇਹ ਹੇਠਾਂ ਬੈਠ ਕੇ ਗੁਰਬਾਣੀ ਪੜ੍ਹਨ ਲੱਗ ਪਏ ਸੀ, ਅਸੀਂ ਪਲੰਘੇ ਦੇ ਉੱਪਰ ਸਾਂ। ਬੇਨਤੀ ਕਰਨ ਲੱਗੇ, ਮਹਾਰਾਜ ਆਪ ਜੀ ਦੀ ਰਚੀ ਬਾਣੀ ਹੈ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਦਵੀਂ ਜੋਤ ਹੋ। ਫਿਰ ਕੀ ਹੋਇਆ ਮਹਾਰਾਜ, ਤੁਹਾਡੀ ਬਾਣੀ ਗਾ ਰਹੇ ਸੀ। ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਕਿ ਨਹੀਂ, ਗੁਰਬਾਣੀ ਦੀ ਮਹਿਮਾ ਬਹੁਤ ਬੇਅੰਤ ਹੈ, ਗੁਰਬਾਣੀ ਮਹਿਮਾ ਮਈ ਆਨੇ, ਜੇ ਮਰਜਾਦ ਹਮ ਨਹੀਂ ਠਾਨੇ, ਤੋ ਸਿੱਖ ਭੈ ਕਰੇ ਗੁਣ ਕੋਈ, ਬਿਨ ਭੈ ਕਰੇ ਸ਼੍ਰੇ ਨਾ ਹੋਈ। ਗੁਰਬਾਣੀ ਦੀ ਮਹਿਮਾ ਵੱਡੀ ਹੈ, ਜੇ ਅਸੀਂ ਨਹੀਂ ਮਰਜ਼ਾਦਾ ਰੱਖਾਂਗੇ ਤਾਂ ਸਿੱਖ ਫਿਰ ਕੋਈ ਭੈ ਨਹੀਂ ਕਰੇਗਾ। ਜਿੰਨਾ ਚਿਰ ਤੱਕ ਗੁਰਬਾਣੀ ਦਾ ਭੈ ਅਦਬ ਨਹੀਂ ਆਪਾਂ ਰੱਖਾਂਗੇ ਤਾਂ ਗੁਰੂ ਪਿਆਰਿਓ ਬਿਨ ਭੈ ਕਰੇ ਸ਼੍ਰੇ ਨਾ ਹੋਈ, ਮੁਕਤੀ ਨਹੀਂ ਪ੍ਰਾਪਤ ਹੋਵੇਗੀ। ਇਸ ਕਰਕੇ ਸਤਿਗੁਰੂ ਜੀ ਨੇ ਵਚਨ ਕੀਤਾ, ਜੋ ਗੁਰ ਭਗਤ ਸਿੱਖ ਹੈ ਮੇਰਾ, ਗੁਰਬਾਣੀ ਭੈ ਤਿਸੇ ਕਨੇਰਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੀ ਹਮਾਰਾ। ਇਸ ਪ੍ਰਕਾਰ ਧੰਨ ਗੁਰੂ ਗਰੀਬ ਨਿਵਾਸ ਜੀ ਨੇ ਪਾਵਨ ਬਾਣੀ ਦਾ ਸਤਿਕਾਰ ਅਦਬ ਕਰਨਾ ਸਿਖਾਇਆ ਔਰ ਇਕੱਲਾ ਸੰਗਤਾਂ ਨੂੰ ਨਹੀਂ ਸਿਖਾਇਆ। ਸਤਿਗੁਰੂ ਜੀ ਨੇ ਇੱਕ ਬਚਨ ਤੋਂ ਆਪਣੇ ਪੁੱਤਰ ਨੂੰ ਪੰਥ 'ਚੋਂ ਛੇਕ ਦਿੱਤਾ, ਗੁਰਗੱਦੀ ਦੇ ਯੋਗ ਨਾ ਸਮਝਿਆ। ਸੋ ਰਾਮ ਰਾਏ ਜੀ ਦੇ ਮਨ ਵਿੱਚ ਹੁਣ ਗੁਰੂ ਕੇ ਪਿਆਰੇ ਉਹ ਕੁਝ ਸਮਾਂ ਪਾ ਕੇ ਇਹ ਮਨ ਵਿੱਚ ਸਤਿਗੁਰੂ ਜੀ ਦਾ ਪ੍ਰੇਮ ਵਧਿਆ ਕਿ ਤੁਹਾਨੂੰ ਗਰੀਬ ਨਿਵਾਸ ਜੀ ਦੇ ਦਰਸ਼ਨ ਕੀਤੇ ਜਾਣ, ਪਿਤਾ ਸਤਿਗੁਰੂ ਜੀ ਦੇ ਕੋਲ ਜਾਵਾਂ, ਮੈਂ ਆਪਣੀ ਭੁੱਲ ਨੂੰ ਬਖਸ਼ਾਵਾਂ। ਉਹ ਪ੍ਰਸੰਗ ਜਿਵੇਂ ਆ ਰਿਹਾ ਉਹ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ ਦੋਹਰਾ, ਪੁੰਨ ਕੇਤਕ ਦਿਨ ਬਿਤ ਗਏ, ਹੱਠ ਤੇ ਫਿਰਿਓ ਸੁਭਾਇ। ਪਹਿਲਾਂ ਰਾਮ ਰਾਏ ਜੀ ਨੇ ਹੱਠ ਕੀਤਾ ਸੀ ਨਾ ਕਿ ਸਤਿਗੁਰੂ ਪਿਤਾ ਜੀ ਨੇ ਜੇ ਮੈਨੂੰ ਤਿਆਗਤਾ ਅਤੇ ਮੇਰੇ ਕੋਲ ਸ਼ਕਤੀਆਂ ਹਨ, ਕਿੰਨੇ ਲੋਕ ਮੇਰੇ ਸਿੱਖ ਬਣ ਗਏ ਹੈ, ਔਰ ਤੁਰਕਾਂ ਦਾ ਜੋ ਰਾਜਾ ਹੈ ਇਹ ਮੇਰਾ ਸਤਿਕਾਰ ਰੱਖਦਾ ਹੈ, ਰਾਜ ਦਰਬਾਰ ਵਿੱਚ ਮੇਰੀ ਬਣੀ ਹੈ, ਅਤੇ ਮੈਨੂੰ ਕੀ ਮੈਂ ਇੱਥੇ ਰਹਿ ਪੈਂਦਾ। ਪਰ ਕੁਝ ਸਮਾਂ ਬਤੀਤ ਹੋਣ ਤੋਂ ਇਹ ਜੋ ਹੱਠ ਧਾਰਨ ਕੀਤਾ ਸੀ ਇਹਦੇ ਤੋਂ ਫਿਰ ਗਿਆ। ਰਾਮ ਰਾਏ ਜੋ ਹੈ ਇਹਦਾ ਸੁਭਾਅ ਹੱਠ ਵਾਲਾ ਬਦਲ ਗਿਆ। ਵੱਡਤਾ ਪਿਤ ਕੀ ਸਿਮਰ ਔਰ ਮਿਲਣ ਚਾਹੇ ਉਪਜਾਏ। ਪਿਤਾ ਸਤਿਗੁਰੂ ਜੀ ਦੀ ਵਡਿਆਈ ਵੇਖ ਕਰਕੇ ਹਿਰਦੇ 'ਚ ਯਾਦ ਕਰਕੇ ਸਤਿਗੁਰੂ ਪਿਤਾ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੂੰ
ਮਿਲਣ ਦਾ ਚਿੱਤ ਵਿੱਚ ਚਾਅ ਪੈਦਾ ਹੋਇਆ। ਸ੍ਰੀ ਸਤਿਗੁਰ ਨਿਜ ਪਿਤਾ ਕੋ ਕ੍ਰੋਧ ਸੁਣਿਓ ਦੁੱਖ ਪਾਇ। ਆਪਣੇ ਪਿਤਾ ਸਤਿਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਦਾ ਜੋ ਵੀਰ ਰਸ ਸੁਣ ਕੇ ਕਿ ਸਤਿਗੁਰੂ ਜੀ ਨੇ ਵੀਰ ਰਸ ਵਿੱਚ ਆ ਕਰਕੇ ਵਚਨ ਕੀਤੇ ਹੈ ਕਿ ਉਹ ਸਾਡੇ ਮੱਥੇ ਨਾ ਲੱਗੇ, ਉਹਨੇ ਪਾਵਨ ਬਾਣੀ ਦਾ ਪੈ ਕਦਮ ਨਹੀਂ ਰੱਖਿਆ। ਉਹ ਖੁਸ਼ਾਦਨ ਦੀ ਜੋ ਨਾਸ਼ਵੰਤ ਇਹ ਰਾਜ ਹੈ, ਨਾਸ਼ਵੰਤ ਔਰ ਜੋ ਤੁੱਛ ਮਾਤਰ ਇਹ ਭੂਗਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਇਹਨਾਂ ਦੀ ਖੁਸ਼ਾਮਦ ਕਰਕੇ ਉਹਨੇ ਧੰਨ ਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਦਾ ਇੱਕ ਵਚਨ ਜੋ ਹੈ ਉਹ ਬਦਲਣਾ ਕੀਤਾ ਹੈ। ਕਹਾ ਬਾਤ ਵਿਪਰੈ ਭਈ ਦਿਸ ਦਿਨ ਬਹੁ ਪਛਤਾਇ। ਇਹ ਕੀ ਗੱਲ ਉਲਟ ਹੋ ਗਈ। ਇਸ ਪ੍ਰਕਾਰ ਵਿਚਾਰ ਕਰਕੇ ਮਨ ਵਿੱਚ ਰਾਤ ਦਿਨੇ ਬਹੁਤ ਪਛਤਾਉਂਦਾ ਹੈ। ਚੌਪਈ ਅਬ ਕਰਤੱਵਯ ਅਹੈ ਕਿਆ ਮੋਹੀ। ਔਰ ਮਨ ਵਿੱਚ ਇਹ ਵਿਚਾਰ ਕਰ ਰਿਹਾ ਹੈ ਕਿ ਹੁਣ ਮੈਨੂੰ ਕੀ ਕਰਤੱਵ ਬਣਦਾ ਹੈ, ਮੈਨੂੰ ਕੀ ਕਰਨਾ ਬਣਦਾ ਹੈ। ਹਿਰਦੇ ਵਿਚਾਰਤ ਸੰਕਟ ਹੋਹੀ। ਜਦੋਂ ਇਸ ਤਰ੍ਹਾਂ ਮਨ ਵਿੱਚ ਵਿਚਾਰਦਾ ਹੈ ਕਿ ਸਤਿਗੁਰੂ ਜੀ ਨੇ ਮੈਨੂੰ ਇਹ ਵਚਨ ਕੀਤਾ ਹੈ ਕਿ ਮੇਰੇ ਮੱਥੇ ਨਾ ਲੱਗੇ, ਮੈਂ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦਾ, ਇਸ ਪ੍ਰਕਾਰ ਵਿਚਾਰ ਕਰਕੇ ਬੜਾ ਦੁਖੀ ਹੁੰਦਾ ਹੈ। ਜਾਵੋ ਪਿਤ ਸਮੀਪ ਇੱਕ ਵਾਰੀ। ਔਰ ਮਨ ਵਿੱਚ ਵਿਚਾਰਦਾ ਹੈ ਮੈਂ ਜ਼ਰੂਰ ਸਤਿਗੁਰੂ ਪਿਤਾ ਜੀ ਕੋਲ ਇੱਕ ਵਾਰ ਜਾਵਾਂਗਾ। ਬਖਸ਼ਾਵੋ ਕਰ ਜੋਰ ਅਗਾਰੀ। ਔਰ ਮੈਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਅੱਗੇ ਮਿਹਨਤ ਤਰਲਾ ਕਰਕੇ ਆਪਣੀ ਭੁੱਲ ਨੂੰ ਬਖਸ਼ਾਵਾਂਗਾ। ਇਮ ਨਿਸ਼ਚੇ ਕਰਕੇ ਬਹੁ ਭਾਏ। ਇਸ ਪ੍ਰਕਾਰ ਬਹੁਤ ਨਿਸ਼ਚਾ ਕਰਕੇ ਪ੍ਰੇਮ ਸਹਿਤ ਗੁਰ ਸੁਤ ਰਾਮ ਰਾਏ ਪਛਤਾਏ। ਧੰਨ ਗੁਰੂ ਹਰਿ ਰਾਇ ਸਾਹਿਬ ਜੀ ਦੇ ਸਪੁੱਤਰ ਬਾਬਾ ਰਾਮ ਰਾਇ ਜੀ ਬਹੁਤ ਪਛਤਾ ਰਹੇ ਹਨ। ਨੌ ਰੰਗ ਸੰਗ ਕਹਿਓ ਬਚ ਐਸੇ। ਔਰ ਉਸ ਵੇਲੇ ਨਰੰਗੇ ਨੂੰ ਇਸ ਪ੍ਰਕਾਰ ਬਚਨ ਕਹਿਣਾ ਕੀਤਾ। ਅਬ ਰੁਖ ਸਦ ਦੇਹੋ ਜੈਸੇ ਕੈਸੇ। ਕਹਿਣ ਲੱਗੇ ਕਿ ਮੈਨੂੰ ਹੁਣ ਰੁਖਸਤ ਕਰ ਦਿਓ, ਜਿਵੇਂ ਕਿਵੇਂ ਵੀ ਵਿਦਾ ਕਰ ਦਿਓ। ਸਾਹੋ ਨਾ ਮੰਨੈ ਕਹਿ ਬਨਾਇ। ਕਵੀ ਜੀ ਕਹਿੰਦੇ ਬਾਦਸ਼ਾਹ ਮੰਨ ਨਹੀਂ ਰਿਹਾ, ਅੱਗੋਂ ਬਣਾ ਕੇ ਕਹਿ ਰਿਹਾ ਹੈ ਸਵਾਰ ਕੇ ਬੜੇ ਪ੍ਰੇਮ ਨਾਲ। ਤੁਮਰੇ ਦਰਸ਼ਨ ਕੀ ਮੁਝ ਚਾਹੇ। ਕਿ ਤੁਹਾਡੇ ਦਰਸ਼ਨਾਂ ਦੀ ਮੈਨੂੰ ਬਹੁਤ ਇੱਛਾ ਹੈ। ਰਹੋ ਕਿਤਕ ਦਿਨ ਇਹਾਂ ਗੁਜ਼ਾਰੋ। ਆਪ ਜੀ ਕੁਝ ਦਿਨ ਹੋਰ ਰਹੋ, ਇੱਥੇ ਹੀ ਬਤੀਤ ਕਰੋ। ਮੋਹੇ ਹਰਖ ਕਰ ਪੁਨਹਿ ਪਧਾਰੋ। ਇਸ ਤਰ੍ਹਾਂ ਮੈਨੂੰ ਦਰਸ਼ਨ ਦੇ ਕੇ ਖੁਸ਼ ਰੱਖੋ, ਫਿਰ ਚਲੇ ਜਾਣਾ। ਚਤੁਰ ਪੰਜ ਦਿਨ ਬੂਝਤ ਰਹੇ। ਸੋ ਇਸ ਪ੍ਰਕਾਰ ਜਦੋਂ ਚਾਰ ਪੰਜ ਦਿਨ ਪੁੱਛਦੇ ਰਹੇ। ਰੁਖ ਸਦ ਕਰਨ ਸ਼ਾਹੋ ਨਹਿ ਕਹੇ। ਪਰ ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ ਵਿਦਾ ਨਹੀਂ ਸੀ ਕਰਨਾ ਚਾਹੁੰਦਾ। ਤਬ ਸ਼੍ਰੀ ਰਾਮ ਰਾਏ ਅਕੁਲਾਏ। ਉਸ ਵੇਲੇ ਪਿਤਾ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਹੁਤ ਵਿਆਕੁਲ ਹੋਏ ਆ, ਪ੍ਰੇਮ ਦੇ ਨਾਲ ਉਕਲਾ ਕਰਕੇ ਹਮਹੇ ਜ਼ਰੂਰ ਬਨੇ ਤਹਿ ਜਾਏ। ਬਾਬਾ ਰਾਮ ਰਾਏ ਜੀ ਨੇ ਇਹ ਵਚਨ ਕੀਤੇ, ਕਹਿਣ ਲੱਗੇ ਸਾਡਾ ਉੱਥੇ ਜਾਣਾ ਬਹੁਤ ਜ਼ਰੂਰੀ ਬਣਦਾ ਹੈ। ਇੱਕ ਦਿਨ ਸ਼ਾਹੋ ਸ਼ਿਕਾਰ ਸਿਧਾਇਓ। ਇੱਕ ਦਿਨ ਬਾਦਸ਼ਾਹ ਸ਼ਿਕਾਰ ਕਰਨ ਵਾਸਤੇ ਗਿਆ। ਬੋਲ ਗੁਰੂ ਸੁਤ ਸੰਗ ਰਲਾਇਓ। ਔਰ ਬੁਲਾ ਕਰਕੇ ਬਾਬਾ ਰਾਮ ਰਾਏ ਜੀ ਨੂੰ ਆਪਣੇ ਨਾਲ ਰਲਾ ਲਿਆ। ਜਹਾਂ ਸ਼ਿਕਾਰਗਾਹ ਤਹਿ ਗਏ। ਜਿੱਥੇ ਸ਼ਿਕਾਰਗਾਹ ਸੀ, ਸ਼ਿਕਾਰ ਖੇਡਣ ਦੀ ਜਗ੍ਹਾ, ਉੱਥੇ ਚਲੇ ਗਏ।
ਜੀਵ ਘਾਤ ਹਿਤ ਵਿਚਰਤ ਭਏ ਔਰ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਵਿਚਰ ਰਹੇ ਹਨ। ਤਬ ਸ੍ਰੀ ਰਾਮ ਰਾਏ ਰਿਸ ਆਈ। ਕਵੀ ਜੀ ਕਹਿੰਦੇ ਇੱਥੇ ਸ਼ਿਕਾਰ ਖੇਡਦਿਆਂ ਬਾਬਾ ਰਾਮ ਰਾਏ ਜੀ ਨੂੰ ਬਾਣ ਵਿੱਚ ਬੜਾ ਬੀਰਸ ਆਇਆ ਹੈ, ਗੁੱਸਾ ਆਇਆ ਹੈ। ਮਹਾ ਘਟਾ ਘਨ ਕੀ ਘੁੰਮਡਾਈ ਔਰ ਗੁੱਸੇ ਨਾਲ ਬੱਦਲਾਂ ਦੀ ਬੜੀ ਭਾਰੀ ਵੱਡੀ ਘਟਾ ਜੋ ਹੈ ਉਹਨੂੰ ਸੋ ਚੜਾ ਦਿੱਤਾ ਹੈ। ਅਧਿਕ ਵੇਗ ਤੇ ਪਵਨ ਚਲਾਇਓ ਇਸ ਤਰ੍ਹਾਂ ਕਾਲੀ ਘਟਾ ਚੜ੍ਹ ਆਈ ਹੈ, ਬਹੁਤ ਹੀ ਤੇਜ਼ੀ ਦੇ ਨਾਲ ਹਵਾ ਚੱਲ ਪਈ ਹੈ। ਮਹਾ ਧੂਲ ਜੱਤ ਡਰ ਉਪਜਾਇਓ ਬਹੁਤ ਹੀ ਧੂੜ ਮਿੱਟੀ ਉੱਡ ਰਹੀ ਹੈ, ਇਸ ਦੇ ਸਮੇਤ ਇਹੋ ਜਿਹੀ ਡਰ ਪੈਦਾ ਕਰਨ ਵਾਲੀ ਹਨੇਰੀ ਵਗਾ ਦਿੱਤੀ। ਔਰਨ ਕੀ ਵਰਖਾ ਵੱਡ ਪਈ ਉਧਰੋਂ ਗੜੇ ਚੱਲ ਵਰਨ ਲੱਗ ਪਏ ਹਨ, ਗੜਿਆਂ ਦਾ ਬਹੁਤ ਭਾਰੀ ਗੜਿਆਂ ਦੀ ਮਾਰ ਪਈ ਹੈ। ਲੱਗੇ ਦੇਹ ਪਰ ਪੀਰਾ ਦਈ ਇਸ ਤਰ੍ਹਾਂ ਜਦੋਂ ਗੜਿਆਂ ਦਾ ਮੀਂਹ ਪਿਆ ਇਹ ਗਲੇ ਜੋ ਹਨ ਸਰੀਰ ਤੇ ਵੱਜੇ ਹਨ, ਬਹੁਤ ਪੀੜਾ ਹੋਈ ਹੈ। ਅਵਰੰਗ ਕਹੂ ਮਹਿਦ ਅਕਲਾਵਾ। ਕਵੀ ਜੀ ਕਹਿੰਦੇ ਬਾਦਸ਼ਾਹ ਨਰੰਗਾ ਬਹੁਤ ਜ਼ਿਆਦਾ ਉਸ ਸਮੇਂ ਵਿਆਕੁਲ ਹੋ ਗਿਆ। ਲਸ਼ਕਰ ਭਗਿਓ ਮਹਾ ਦੁੱਖ ਪਾਵਾ। ਸਾਰੇ ਇਹਦੇ ਸੈਨਾ ਸਮੇਤ ਸੈਨਾਪਤੀ ਜਿੰਨਾ ਵੀ ਲਸ਼ਕਰ ਸੀ ਭੱਜ ਗਿਆ ਦੁਖੀ ਹੋ ਕਰਕੇ। ਨਹੀਂ ਸ਼ਾਹ ਕਿਤ ਪਾਇਬ ਠੌਰ। ਸੋ ਬਾਦਸ਼ਾਹ ਨੂੰ ਕਿਤੇ ਵੀ ਕੋਈ ਥਾਂ ਨਾ ਮਿਲੀ। ਪਵਨ ਧੂਲ ਔਰਨ ਤੇ ਬੌਰ। ਸੋ ਪਵਨ ਹਨੇਰੀ ਨਾਲ ਤੇਜ਼ ਹਨੇਰੀ ਔਰ ਧੂੜ ਉੱਡਣ ਕਰਕੇ ਇਸੇ ਤਰ੍ਹਾਂ ਗਲੇ ਜੋ ਹਨ ਗੜੇ ਇਹਨਾਂ ਦੀ ਮਾਰ ਦੇ ਨਾਲ। ਜੈ ਸ਼੍ਰੀ ਰਾਮ ਰਾਏ ਥਿਰ ਰਹੇ। ਬਹੁਤਾ ਹੀ ਬੌਰਾ ਹੋ ਗਿਆ, ਝੱਲਾ ਬਣ ਗਿਆ। ਉਸ ਸਮੇਂ ਜਿੱਥੇ ਬਾਬਾ ਰਾਮ ਰਾਏ ਜੀ ਖੜੇ ਸਨ ਜਹਿ ਨਹਿ ਔਰਾ ਪਵਨ ਨਾ ਬਹੇ। ਕਵੀ ਜੀ ਕਹਿੰਦੇ ਉਸ ਜਗ੍ਹਾ ਤੇ ਨਾ ਤਾਂ ਕੋਈ ਗੜਾ ਪਿਆ ਹੈ, ਗਲੇ ਵੀ ਨਹੀਂ ਪਏ, ਨਾ ਹਨੇਰੀ ਦਾ ਉੱਥੇ ਅਸਰ ਹੈ। ਕਿਤਕ ਕਾਲ ਲੋ ਇਤ ਉਤ ਫਿਰਕੈ। ਬਾਦਸ਼ਾਹ ਇਹ ਹਨੇਰੀ ਤੇ ਗੜਿਆਂ ਦੀ ਮਾਰ ਨਾਲ ਕੁਝ ਸਮਾਂ ਇੱਧਰ ਉੱਧਰ ਫਿਰਦਾ ਰਿਹਾ। ਆਵਤ ਭਾ ਸਮੀਪ ਸੁਤ ਗੁਰ ਕੈ। ਫਿਰ ਬਾਬਾ ਰਾਮ ਰਾਏ ਜੀ ਦੇ ਕੋਲ ਆ ਗਿਆ। ਦੇਖ ਸ਼ਾਹ ਨੇ ਹਿਰਦੇ ਵਿਚਾਰਾ ਔਰ ਵੇਖ ਕਰਕੇ ਬਾਦਸ਼ਾਹ ਨੇ ਹਿਰਦੇ ਵਿੱਚ ਵਿਚਾਰ ਕੀਤੀ। ਇਨਹੋ ਕ੍ਰੋਧ ਕੁਛ ਮੋਹ ਪਰ ਧਾਰਾ। ਇਹ ਸੋਚਿਆ ਕਿ ਇਹਨਾਂ ਨੇ ਮੇਰੇ ਤੇ ਕੁਝ ਕ੍ਰੋਧ ਕੀਤਾ ਹੈ, ਗੁੱਸਾ ਕੀਤਾ ਹੈ। ਰੁਖ ਸਦ ਮੰਗਤ ਮੈਂ ਨਹਿ ਦੀਨ। ਇਹ ਜਾਣਾ ਚਾਹੁੰਦੇ ਸਨ, ਵਿਦਾਇਗੀ ਮੰਗਦੇ ਸਨ ਪਰ ਮੈਂ ਨਹੀਂ ਦਿੱਤੀ। ਜਾਣਤੇ ਮਮ ਐਸੀ ਗਤ ਕੀਨ। ਇਸ ਕਰਕੇ ਇਹਨਾਂ ਨੇ ਮੇਰੀ ਇਹ ਹਾਲਤ ਕੀਤੀ ਹੈ। ਨੰਬਰ ਹੋਏ ਕਰ ਬਾਗ ਬਖਾਨਾ। ਇਸ ਸਮੇਂ ਬਾਦਸ਼ਾਹ ਨੇ ਨਿਮਰਤਾ ਵਿੱਚ ਆ ਕਰਕੇ ਕਵੀ ਜੀ ਕਹਿੰਦੇ ਕਹਿਣਾ ਕੀਤਾ। ਸ਼ੌਂਕ ਦਰਸਕੋ ਮੋਹੇ ਮਹਾਨਾ। ਕਹਿਣ ਲੱਗਾ ਕਿ ਬਾਬਾ ਜੀ ਮੈਨੂੰ ਆਪ ਜੀ ਦੇ ਦਰਸ਼ਨਾਂ ਦਾ ਬਹੁਤਾ ਹੀ ਸ਼ੌਂਕ ਹੈ, ਉਤਸ਼ਾਹ ਹੈ, ਪ੍ਰੇਮ ਹੈ। ਜਾਣਤੇ ਮੈਂ ਰੁਖਸਦ ਨਹਿ ਕਰੇ। ਇਸ ਕਰਕੇ ਮੈਂ ਆਪ ਜੀ ਨੂੰ ਵਿਦਾ ਨਹੀਂ ਕੀਤਾ। ਆਪ ਤਿਮ ਕਰੋ ਜਥਾ ਉਰ ਧਰੇ। ਪਰ ਹੁਣ ਮੈਂ ਜਿਵੇਂ ਵੀ ਆਪ ਜੀ ਚਾਹੁੰਦੇ ਹੋ ਉਵੇਂ ਕਰ ਲਓ, ਮੈਂ ਸੋ ਆਪ ਜੀ ਨੂੰ ਬੇਨਤੀ ਕਰਦਾ ਹਾਂ। ਪੁਨ ਤੂਰਨ ਹੀ ਦਰਸ਼ਨ ਦੀਜੈ। ਪਰ ਨਾਲ ਹੀ ਇਹ ਬੇਨਤੀ ਹੈ ਕਿ ਫਿਰ ਛੇਤੀ ਹੀ ਮੈਨੂੰ ਦਰਸ਼ਨ ਦੇਣੇ। ਆਪਣੇ ਸਦਨ ਵਿਖੇ ਗਮ ਨੀਜੈ।
ਹੁਣ ਤੁਸੀਂ ਆਪਣੇ ਘਰ ਚਲੇ ਜਾਓ। ਤਬ ਸ਼੍ਰੀ ਰਾਮ ਰਾਏ ਮੁਸਕਾਨੇ। ਤਦੋਂ ਕਵੀ ਜੀ ਕਹਿ ਰਹੇ ਹਨ ਕਿ ਬਾਬਾ ਰਾਮ ਰਾਏ ਜੀ ਨੇ ਮੁਸਕਰਾਉਣਾ ਕੀਤਾ। ਤੁਵ ਮਨ ਬਹੁ ਹੰਕਾਰ ਕੋ ਠਾਨੇ। ਕਹਿਣ ਲੱਗੇ ਕਿ ਤੇਰਾ ਮਨ ਬਹੁਤ ਹੰਕਾਰ ਕਰ ਰਿਹਾ ਸੀ। ਜਿਸ ਸੈਨਾ ਤੇ ਲਖੈ ਵਡੇਰੇ। ਤੂੰ ਮਨ ਵਿੱਚ ਆਪਣੇ ਆਪ ਨੂੰ ਹੰਕਾਰ ਸਹਿਤ ਇਹ ਸੈਨਾ ਦਾ ਹੰਕਾਰ ਕਰਕੇ ਵੱਡਾ ਜਾਣਦਾ ਸੀ। ਸੋ ਅਬ ਕਹਾਂ ਨਾ ਦੀਖਤ ਨੇੜੇ। ਉਹ ਤੇਰੀ ਸੈਨਾ ਹੁਣ ਕਿੱਥੇ ਆ, ਕੋਈ ਵੀ ਨਹੀਂ ਨੇੜੇ ਦਿਸ ਰਿਹਾ। ਜਾਣਤੇ ਸਭ ਖੁਦਾਏ ਕੇ ਹੱਥ। ਇਸ ਕਰਕੇ ਇਹ ਵੇਖ ਲਾ ਕਿ ਸਭ ਕੁਝ ਹੀ ਪਰਮੇਸ਼ਰ ਦੇ ਹੱਥ ਹੈ। ਇਹ ਬੰਦੇ ਇਹ ਕੀ ਕਰਨਗੇ, ਕਿਆ ਮਨੁੱਖ, ਕਹੋ ਕਿਆ ਜ਼ੋਰ, ਝੂਠਾ ਮਾਇਆ ਕਾ ਸਭ ਸੋਰ। ਕੀ ਹੈ ਇਹਦੇ ਹੱਥ ਵਿੱਚ, ਕੁਝ ਨਹੀਂ। ਚਾਰ ਸੋ ਬੰਦੇ ਇਕੱਠੇ ਕਰਕੇ ਇਹ ਕਰਮਾਂ ਦੇ ਅਨੁਸਾਰ ਆਪਣੇ ਆਪ ਨੂੰ ਰਾਜਾ ਕਹਾ ਰਿਹਾ, ਉਹਦਾ ਹੰਕਾਰ ਕਰ ਰਿਹਾ। ਕੀ ਹੈ, ਕੁਝ ਵੀ ਨਹੀਂ। ਪਰਮੇਸ਼ਰ ਸਮਰੱਥ ਹੈ ਜਿਹਨੇ ਇਹ ਬਾਦਸ਼ਾਹੀਆਂ ਬਖਸ਼ੀਆਂ, ਜਿਹਨੇ ਇਹ ਸਰੀਰ ਵਿੱਚ ਚੇਤਨਤਾ ਬਖਸ਼ੀ ਹੈ, ਪ੍ਰਾਣ ਕਲਾ ਪਾਈ ਹੈ, ਬੁੱਧੀ ਵਿੱਚ ਸਮਝ ਬਖਸ਼ੀ ਹੈ, ਜਿਸ ਨੇ ਇਹ ਸਾਰੀਆਂ ਇੰਦਰੀਆਂ ਨੂੰ ਹਰਕਤ ਬਖਸ਼ਿਸ਼ ਕੀਤੀ ਹੈ, ਉਹ ਪਰਮੇਸ਼ਰ ਸਮਰੱਥ ਹੈ ਜੋ ਸਾਰੇ ਥਾਵਾਂ 'ਤੇ ਰੱਖਣ ਵਾਲਾ ਹੈ। ਵੇਖ, ਮਾਤਾ ਦੇ ਉਦਰ ਦੇ ਵਿੱਚ ਛੋਟੇ ਛੋਟੇ ਕੀਟਾਣੂ, ਉੱਥੇ ਛੋਟਾ ਜਿਹਾ ਸੀ, ਇੱਕ ਬੂੰਦ ਤੋਂ ਵੀ ਛੋਟਾ ਆਕਾਰ, ਅਤੇ ਉੱਥੇ ਅਨੇਕਾਂ ਕਿਰਮ ਵਿਰੋਧੀ, ਉਹਨਾਂ ਦੇ ਵਿੱਚ ਵੀ ਤੇਰੀ ਰੱਖਿਆ ਕੀਤੀ। ਫਿਰ 9 ਮਹੀਨੇ ਮਾਤਾ ਦੇ ਉਦਰ ਵਿੱਚ ਤੇਰੀ ਰੱਖਿਆ ਕਰਕੇ, ਤੇਰੇ ਸਰੀਰ ਦੀ ਪਾਲਣਾ ਕਰਨ ਤੋਂ ਬਾਅਦ 10ਵੇਂ ਮਹੀਨੇ ਤੈਨੂੰ ਜਨਮ ਬਖਸ਼ਿਸ਼ ਕੀਤਾ। ਤੇਰੇ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਅਸਥਣਾਂ ਵਿੱਚ ਦੁੱਧ ਆ ਗਿਆ, ਤੇਰੇ ਭੋਜਨ ਦਾ ਪ੍ਰਬੰਧ ਕਰ ਦਿੱਤਾ। ਪਰ ਇਹ ਅਕਿਰਤ ਕਰਨਾ, ਇੰਨਾ ਕੁਝ ਹੁੰਦਿਆਂ ਹੋਇਆ, ਇੰਨੀਆਂ ਉਹਦੀਆਂ ਵਡਿਆਈਆਂ, ਇੰਨੇ ਗੁਣ ਜਿਹੜੇ ਆ ਵਿਸਾਰ ਕਰਕੇ, ਤੂੰ ਬੱਕਰੀ ਵਾਂਗੂ ਮੈਂ ਹੀ ਕਰੀ ਜਾਂਦਾ, ਮੈਂ ਨਾ ਕਰਦਾ ਕਿੱਦਾਂ ਹੁੰਦਾ, ਉਹ ਨਾ ਕਰਦਾ ਕਿਵੇਂ ਹੋਇਆ। ਘੱਟੋ ਘੱਟ ਉੱਦਮ ਤਾਂ ਮੈਨੂੰ ਕਰਨਾ ਹੀ ਪੈਣਾ ਨਾ, ਹੱਥ 'ਤੇ ਹਿਲਾਉਣਾ ਹੀ ਪੈਣਾ, ਨਹੀਂ ਤਾਂ ਕੰਮ ਕਿਵੇਂ ਹੋਊ, ਰੋਟੀ ਕਿਵੇਂ ਮਿਲੂ। ਸਤਿਗੁਰੂ ਗਰੀਬ ਨਿਵਾਸ ਜੀ ਨੇ ਬਚਨ ਕੀਤੇ, ਜਬ ਨਾ ਸਿਆ ਕਿਆ ਚਾਕਰੀ, ਜਾਂ ਜੰਮੇ ਕਿਆ ਕਾਰ, ਜਦੋਂ ਤੂੰ ਕੁਝ ਵੀ ਨਹੀਂ ਸੀ, ਉਦੋਂ ਕਿਹੜੀ ਚਾਕਰੀ, ਕਿਹੜੀ ਮਜ਼ਦੂਰੀ ਕਰ ਰਿਹਾ ਸੀ, ਕਿਹੜੀ ਨੌਕਰੀ ਕਰ ਰਿਹਾ ਸੀ। ਮਾਤਾ ਦੇ ਉਦਰ ਵਿੱਚ ਤੇਰੀ ਪਾਲਣਾ ਕੀਤੀ ਉਹਨੇ, ਉਦੋਂ ਕਿਹੜੀ ਤੂੰ ਨੌਕਰੀ ਕਰ ਰਿਹਾ ਸੀ, ਜਾਂ ਵਪਾਰ ਕਰਕੇ ਲਾਹ ਖੱਟ ਕੇ ਲਿਆ ਰਿਹਾ ਸਾਂ, ਉੱਥੇ ਤੇਰੀ ਰੱਖਿਆ ਕਰਨ ਵਾਲਾ ਕੌਣ ਸੀ, ਮਾਂ ਸੀ, ਪਿਓ ਸੀ, ਹਥਿਆਰਬੰਦ ਤੇਰੇ ਕੋਲ ਫੌਜਾਂ ਸਨ, ਕਿਹਨੇ ਤੇਰੀ ਰੱਖਿਆ ਕੀਤੀ ਉੱਥੇ। ਇਸ ਕਰਕੇ ਸਾਰੇ ਥਾਂ 'ਤੇ ਰੱਖਣ ਵਾਲਾ ਪਰਮੇਸ਼ਰ ਹੀ ਹੈ, ਬਿਮਾਰੀਆਂ ਤੋਂ ਰੱਖਣ ਵਾਲਾ ਵੀ ਉਹ ਹੈ, ਉਹ ਵੱਖਰੀ ਗੱਲ ਹੈ, ਕਿਸੇ ਨੇ ਲੈਣਾ ਦੇਣਾ ਦੇਣਾ ਡਾਕਟਰਾਂ ਦਾ, ਵੈਦਾਂ ਦਾ, ਹਕੀਮਾਂ ਦਾ, ਕਰਮਾਂ ਅਨੁਸਾਰ ਜੋ ਕਰਮ ਕੀਤੇ ਉਹਦੇ ਅਨੁਸਾਰ ਬਿਮਾਰੀਆਂ ਲੱਗ ਜਾਂਦੀਆਂ, ਪਰ ਸਾਰਿਆਂ ਤੋਂ ਰੱਖਣ ਵਾਲਾ ਉਹ ਹੀ ਹੈ। ਉਹਨੂੰ ਯਾਦ ਕਰ, ਰੋਗਨ ਅਤੇ ਅਰਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵੈ, 70 ਅਨੇਕ ਚਲਾਵਤ ਘਾਵ ਤਉਤਨ ਏਕ ਨ ਲਗਨ ਪਾਵੈ। ਆਖਦਾ ਆਪਣੂੰ ਕਰਦਾ ਕਰ ਪਾਪ ਸਬੂਹ ਨਾ ਪੇਟਨ ਪਾਵੈ, ਔਰ ਕੀ ਬਾਤ ਕਾਹ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਉਸ ਸਮਰੱਥ ਨੂੰ ਤੂੰ ਯਾਦ ਕਰ, ਪ੍ਰਤਪਾਲ ਮਾਤਾ ਉਦਰ ਰੱਖੈ, ਲਗਨ ਦੇਤ ਨਾ ਸੇਕ, ਸੋਈ ਸੁਆਮੀ ਈਹਾ ਰੱਖੈ, ਬੂਝ ਬੁੱਧ ਵਿਵੇਕ, ਮੇਰੇ ਮਨ ਨਾਮ ਕੀ ਕਰ ਟੇਕ। ਪਰ ਨਾਮ ਦੀ ਦਾ ਆਸਰਾ ਛੱਡ ਕੇ
ਹੋਰ ਹੀ ਆਸਰੇ ਬਹੁਤ ਗ੍ਰਹਿਣ ਕੀਤੇ ਪਏ ਆ। ਕਈ ਵਾਰੀ ਇੱਦਾਂ ਹੁੰਦਾ ਸੋ ਦਵਾਈਆਂ ਨੂੰ ਆਧਾਰ ਮੰਨ ਕੇ ਜੀਵ ਬਹਿ ਜਾਂਦਾ ਕਿ ਦਵਾਈ ਹੀ ਮੇਰਾ ਸਭ ਕੁਝ ਹੈ। ਗੁਰੂ ਪਿਆਰੋ ਇਹ ਪ੍ਰਕਰਨ 'ਚ ਦਾਸ ਨੂੰ ਯਾਦ ਆ ਗਿਆ ਕਈ ਇਹੋ ਜਿਹੇ ਮੂਰਖ ਮਤ ਵੀ ਉਹ ਕਹਿੰਦੇ ਵੀ ਗੁਰੂ ਘਰ ਵੀ ਨਾ ਜਾਓ, ਬਾਣੀ ਵੀ ਨਾ ਪੜ੍ਹੋ, ਆਖਿਰ ਨੂੰ ਇਹ ਡਾਕਟਰਾਂ ਨੇ ਕੰਮ ਆਉਣਾ। ਪਰ ਗੁਰੂ ਪਿਆਰਿਓ ਖਿਮਾ ਕਰਿਓ ਜੇ ਡਾਕਟਰਾਂ ਦੀ ਦਵਾਈ ਵੀ ਤਾਂ ਹੀ ਅਸਰ ਕਰਦੀ ਜੇ ਉਹਦੀ ਨਿਗ੍ਹਾ ਸਵਾਲੀ ਹੋਵੇ ਤਾਂ। ਔਰ ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਤਾਂ ਹੀ ਕਿਰਪਾ ਬਣਦੀ ਹੈ, ਤਾਂ ਹੀ ਜੀਵ ਰੋਗ ਰਹਿੰਦਾ ਹੈ। ਬਾਕੀ ਰਹੀ ਗੱਲ ਕਬੀਰ ਵੈਦ ਮੂਆ ਰੱਗ ਰੋਗੀ ਮੂਆ ਮੂਆ ਸਭ ਸੰਸਾਰ, ਡਾਕਟਰਾਂ ਦਾ ਆਸਰਾ ਟੇਕ ਲੈ ਕਰਕੇ ਜਿਨ੍ਹਾਂ ਨੇ ਗੁਰੂ ਕੀ ਟੇਕ ਪਰਮੇਸ਼ੁਰ ਦਾ ਓਟ ਆਸਰਾ ਛੱਡਿਆ, ਸਿਰਫ ਡਾਕਟਰਾਂ ਨੂੰ ਆਧਾਰ ਮੰਨਿਆ ਕਿ ਉਹਨਾਂ ਦੇ ਸਿਰ 'ਤੇ ਜੀਣਾ, ਦਵਾਈਆਂ ਦੇ ਸਿਰ 'ਤੇ ਜੀਣਾ। ਪਿਆਰਿਓ ਵੈਦ ਵੈਦਗੀ ਕਰਦੇ ਤੁਰੇ ਜਾ ਰਹੇ ਹੈ, ਮਰੀਜ਼ ਇਲਾਜ ਕਰਾਉਂਦੇ ਤੁਰੇ ਜਾ ਰਹੇ ਹੈ, ਸਾਰਾ ਸੰਸਾਰ ਹੀ ਚੱਲਿਆ ਜਾ ਰਿਹਾ ਹੈ, ਕੋਈ ਥਿਰ ਨਹੀਂ, ਨਾ ਕੋਈ ਰਿਹਾ ਅਤੇ ਨਾ ਕਿਸੇ ਰਹਿਣਾ। ਇਸ ਕਰਕੇ ਥਿਰ ਕਰਨ ਵਾਲਾ ਸਦਾ ਵਾਸਤੇ ਜ਼ਿੰਦਗੀ ਬਖਸ਼ਣ ਵਾਲਾ ਜੋ ਨਾਮ ਹੈ ਪਰਮੇਸ਼ੁਰ ਹੈ, ਪਰਮੇਸ਼ੁਰ ਦਾ ਨਾਮ ਜੋ ਸਤਿਗੁਰੂ ਜੀ ਹਨ, ਜੰਮਣ ਮਰਨ ਤੋਂ ਰਹਿਤ ਕਰਨ ਵਾਲੇ ਸਤਿਗੁਰੂ ਗਰੀਬ ਨਿਵਾਸ ਜੀ ਨੂੰ ਸਦਾ ਹਿਰਦੇ 'ਚ ਵਸਾਉਣਾ ਚਾਹੀਦਾ ਹੈ। ਸੋ ਜੇਕਰ ਧੰਨ ਗੁਰੂ ਗਰੀਬ ਨਿਵਾਸ ਜੀ ਦੀ ਕਿਰਪਾ ਹੈ ਅਤੇ ਸਾਰੇ ਥਾਂ 'ਤੇ ਰੱਖਿਆ ਹੈ, ਜੇ ਸਤਿਗੁਰੂ ਜੀ ਦੀ ਰੱਖਿਆ ਨਹੀਂ ਤਾਂ ਪਰਮੇਸ਼ੁਰ ਨੇ ਮਾਰਨਾ ਹੈ ਅਤੇ ਉਹਨੂੰ ਰੱਖ ਕੋਈ ਨਹੀਂ ਸਕਦਾ, ਕੋਈ ਸਮਰੱਥ ਨਹੀਂ ਦੁਨੀਆਂ ਵਿੱਚ ਰੱਖਣ ਨੂੰ। ਇਸ ਕਰਕੇ ਹੰਕਾਰ ਨੂੰ ਛੱਡ ਕੇ ਵੇਖੋ, ਜਿਹੜੇ ਵੱਡੇ ਵੱਡੇ ਹੰਕਾਰ ਕਰਦੇ ਕਿ ਸਾਡੇ ਕੋਲ ਇੰਨੇ ਜਹਾਜ਼, ਇੰਨੀਆਂ ਤੋਪਾਂ, ਇੰਨੇ ਸਾਡੇ ਟੰਕ ਹਨ, ਅਸੀਂ ਜਿਹਨੂੰ ਚਾਹੀਏ ਇੱਕ ਮਿੰਟਾਂ ਸਕਿੰਟਾਂ 'ਚ ਵੱਡੇ ਵੱਡੇ ਦੇਸ਼ ਨਸ਼ਟ ਕਰ ਸਕਦੇ ਹਾਂ, ਪਰ ਪਰਮੇਸ਼ੁਰ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਸਾਰਿਆਂ ਦੀਆਂ ਬਾਹਾਂ ਖੜੀਆਂ ਹੋ ਜਾਂਦੀਆਂ। ਇਸ ਕਰਕੇ ਮਾਣ ਨੂੰ ਛੱਡ ਕਰਕੇ ਬਾਬਾ ਰਾਮ ਰਾਏ ਜੀ ਕਹਿ ਰਹੇ ਆ, ਵੇਖ ਤੂੰ ਹੰਕਾਰ ਕਰਦਾ ਸੀ ਫੌਜਾਂ ਦਾ, ਹੁਣ ਦੱਸ ਕਿੱਥੇ ਆ, ਹੈ ਕੋਈ ਤੇਰੀ ਸਹਾਇਤਾ ਕਰਨ ਵਾਲਾ? ਇਹਨਾਂ ਦੇ ਸਿਰ 'ਤੇ ਬੁੜਕਦਾ ਨਾ ਕਿ ਮੇਰੇ ਕੋਲ 20 ਲੱਖ ਫੌਜ ਹੈ, ਇੰਨੀਆਂ ਤੋਪਾਂ ਹੈ, ਮੈਂ ਇਉਂ ਕਰ ਦਿਆਂਗਾ, ਮੇਰਾ ਰਾਜ ਚੱਲ ਰਿਹਾ ਹੈ, ਮੇਰਾ ਹੁਕਮ ਚੱਲ ਰਿਹਾ ਹੈ। ਪਰ ਇਹ ਕਿੰਨੇ ਬਖਸ਼ਿਸ਼ ਕੀਤਾ, ਇਹ ਵੀ ਤੇਰੇ ਪਿਛਲੇ ਤਪੱਸਿਆ ਦਾ ਕਰਕੇ ਵਜਨ ਹੈ ਨਾ। ਮਹਾਰਾਜ ਜੀ ਦੇ ਸਹਿਸਕ੍ਰਿਤੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਜਨ ਕੀਤੇ ਹੈ, ਦਾਨ ਪਰਾਪੂਰਬੇਣ ਪੁੰਚੰਤੇ ਮਹੀਪਤੇ, ਪਿਛਲੇ ਜਨਮਾਂ ਦੇ ਵਿੱਚ ਜੋ ਉਤਕ੍ਰਿਸ਼ਟ ਵੱਡਾ ਭਾਰੀ ਦਾਨ ਪੁੰਨ ਕੀਤਾ, ਤਪੱਸਿਆ ਕੀਤੀ ਹੈ, ਉਹਨੂੰ ਪੁੱਜਣ ਵਾਸਤੇ ਉਹਦਾ ਫਲ ਪ੍ਰਾਪਤ ਕਰਕੇ ਰਾਜੇ ਬਣੇ ਆ। ਵਿਪਰੀਤ ਬੁੱਧੀ ਮਾਰਤ ਲੋਕ ਨਾਨਕ ਚਿਰੰਕਾਲ ਦੁੱਖ ਭੋਗਦੇ, ਪਰ ਰਾਜ ਨੂੰ ਪਾ ਕਰਕੇ ਬੁੱਧੀ ਵਿਪਰੀਤ ਹੋ ਗਈ, ਹੰਕਾਰ ਦੇ ਸਹਿਤ ਜੀਵਾਂ ਨੂੰ ਤੰਗ ਕਰਨ ਲੱਗ ਪਏ। ਫਿਰ ਮਹਾਰਾਜ ਕਹਿੰਦੇ ਇਹੋ ਜਿਹੇ ਜਿਹੜੇ ਆ ਨਾ ਰਾਜੇ, ਉਹ ਫਿਰ ਬਹੁਤ ਲੰਮਾ ਸਮਾਂ ਦੁੱਖ ਭੋਗਦੇ ਆ ਇਹੋ ਜਿਹੇ ਜੀਵ। ਇਸ ਕਰਕੇ ਰਾਜ ਮਿਲੇ ਤਾਂ ਵੀ ਪਰਮੇਸ਼ੁਰ ਦੇ ਨਾਮ ਨੂੰ ਮਨ 'ਚ ਵਸਾ ਕਰਕੇ ਕਿ ਸੱਚੇ ਪਾਤਸ਼ਾਹ ਨੇ ਬਖਸ਼ਿਆ ਔਰ ਇਹ ਸਾਰੀ ਜਨਤਾ ਇਹਦੀ ਮੈਂ ਇਹ ਸਾਰੀ ਪਰਮੇਸ਼ੁਰ ਦੀ ਹੈ, ਇਹ ਜੀਵ ਹਨ, ਮੈਂ ਇਹਨਾਂ ਦੀ ਸੇਵਾ ਕਰਨੀ, ਮੈਂ ਸੇਵਾਦਾਰ ਹਾਂ,
ਰਾਜ ਨਹੀਂ ਸੇਵਾ, ਸੇਵਾ ਕਰੇ ਪਰ ਮੂੰਹ ਤੋਂ ਇਕੱਲਾ ਕਹੇ ਨਾ ਜਾਂ ਇਕੱਲਾ ਲਿਖ ਕੇ ਨਾ ਰੱਖਦੇ ਗੱਡੀਆਂ 'ਤੇ, ਰਾਜ ਨਹੀਂ ਸੇਵਾ, ਸੇਵਾ ਕਰੇ। ਸੁਰਾ ਹੋ ਵਿਚਾਰ। ਧੰਨ ਬਾਬਾ ਰਾਮ ਰਾਏ ਜੀ ਕਹਿ ਰਹੇ ਹਨ, ਕਹਾ ਹੋਏ ਧਨ ਦਲ ਬਲ ਸਾਥ, ਦੱਸ ਪਈ ਨਰੰਗਿਆ ਇਹ ਧਨ ਅਤੇ ਬਲ ਜਿਹੜਾ ਤੂੰ ਬਲੀ ਆਪਣੇ ਆਪ ਨੂੰ ਖਾ ਰਿਹਾ ਕਿ ਮੈਂ ਵੱਡਾ ਰਾਜਾ ਹੈ, ਇਹਦੇ ਨਾਲ ਕੀ ਹੋਵੇਗਾ? ਅਬ ਹਮ ਪਿਤ ਸਤਿਗੁਰ ਢਿੱਗ ਜਾਵੇ, ਹੁਣ ਇਸ ਕਰਕੇ ਅਸੀਂ ਪਿਤਾ ਸਤਿਗੁਰੂ ਜੀ ਦੇ ਪਾਸ ਜਾ ਰਹੇ ਹਾਂ। ਦਰਸ਼ਨ ਦੇਖੇ ਸੀਸ ਨਿਭਾਵੇ, ਜਿਨ੍ਹਾਂ ਦੇ ਸਫਲ ਦਰਸ਼ਨ ਲਾਭ ਪ੍ਰਾਪਤ ਹੋਣਾ ਹੈ, ਦਰਸ਼ਨ ਕਰਕੇ ਸਤਿਗੁਰਾਂ ਜੀ ਨੂੰ ਮੱਥਾ ਟੇਕ ਕੇ ਸਫਲ ਹੋਵਾਂਗੇ। ਦਾਤਾ ਸਾਸ ਗਿਰਾਸ ਹਮਾਰੂ, ਸਾਨੂੰ ਸਾਸ ਗਿਰਾਸ ਬਖਸ਼ਣ ਵਾਲਾ, ਸਵਾਸ ਅਤੇ ਗਿਰਾਸ ਗਿਰਾਹੀ ਭੋਜਨ ਬਖਸ਼ਣ ਵਾਲੇ ਹਨ, ਸਤਿਗੁਰੂ ਦਾਤੇ ਹਨ ਸਾਡੇ। ਸਰਬ ਭਾਂਤ ਸਮਰੱਥ ਗੁਰ ਭਾਰੂ, ਔਰ ਸਰਬ ਤਰ੍ਹਾਂ ਦੇ ਨਾਲ ਹਰੇਕ ਤਰ੍ਹਾਂ ਨਾਲ ਸਮਰੱਥ ਭਾਰੀ ਸਤਿਗੁਰੂ ਜੀ। ਔਰ ਦਿੱਲੀ ਮਹਿ ਤਬ ਚੱਲ ਆਏ, ਹਾਂਜੀ ਤਦੋਂ ਦਿੱਲੀਪੁਰ ਵਿੱਚ ਅਸੀਂ ਚੱਲ ਕੇ ਆਏ ਹਾਂ। ਸਾਹ ਪਦਾਰਥ ਬੋਹ ਅਰ ਪਾਏ, ਸੋ ਜਦੋਂ ਦਿੱਲੀ ਨਗਰ ਵਿੱਚ ਚੱਲ ਕੇ ਆਏ ਤਾਂ ਬਾਦਸ਼ਾਹ ਨੇ ਬਹੁਤ ਸਾਰੇ ਪਦਾਰਥ ਸੋ ਅਰਪਣਾ ਕੀਤੇ, ਬਾਬਾ ਰਾਮ ਰਾਏ ਜੀ ਨੂੰ ਭੇਟਾਵਾਂ ਕੀਤੀਆਂ। ਜੰਗਲ ਵਿੱਚ ਗਏ ਸੀ ਨਾ ਸ਼ਿਕਾਰ ਖੇਡਣ ਵਾਸਤੇ, ਉੱਥੋਂ ਚੱਲ ਕੇ ਦਿੱਲੀ ਨਗਰ ਵਿੱਚ ਆ ਗਏ। ਜੋ ਬਹੁ ਮੋਲੇ ਬਸਤਰ ਅਭਰਨ, ਬਹੁ ਕੀਮਤੀ ਬਹੁ ਮੋਲੇ ਬਸਤਰ ਔਰ ਗਹਿਣੇ ਜੋ ਸਨ, ਦੀਏ ਸ਼ਾਹ ਹਿਤ ਰੁਖਸਦ ਕਰਨ, ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਰੁਖਸਦ ਕਰਨ ਵਾਸਤੇ, ਵਿਦਾ ਕਰਨ ਵਾਸਤੇ ਇਹ ਭੇਟਾਵਾਂ ਅਰਪਣ ਕੀਤੀਆਂ। ਦਰਬ ਤੁਰੰਗਮ ਬ੍ਰਿੰਦ ਪਠਾਏ, ਬਹੁਤ ਸਾਰਾ ਧਨ ਤੇ ਘੋੜੇ ਭੇਜਣਾ ਕੀਤੇ ਹਨ। ਗੁਰ ਨੰਦਨ ਡੇਰੇ ਕਹੋ ਆਏ, ਬਾਬਾ ਰਾਮ ਰਾਏ ਜੀ ਭਾਵ ਸੋ ਗੁਰਨੰਦਨ ਭਾਵ ਬਾਬਾ ਰਾਮ ਰਾਏ ਜੀ ਆਪਣੇ ਡੇਰੇ ਨੂੰ ਆਏ ਹਨ। ਰਿਦਾ ਉਦਾਸ ਬਹੁਤ ਜਿਨ ਕੇਰਾ, ਵੇਖੋ ਗੁਰੂ ਪਿਆਰਿਓ ਸਮਰੱਥ ਬਣਾਇਆ ਸਤਿਗੁਰਾਂ ਨੇ, ਬੇਅੰਤ ਸ਼ਕਤੀ ਹੈ, ਸਾਰੇ ਕਾਜੀ ਮੁੱਲਾਂ ਔਰ ਜਿੰਨੇ ਪੀਰ ਸਨ ਸਾਰਿਆਂ ਨੇ ਈਣ ਮੰਨੀ ਹੈ, ਬਾਦਸ਼ਾਹ ਈਣ ਮੰਨ ਰਿਹਾ ਬਾਬਾ ਰਾਮ ਰਾਏ ਜੀ ਦੀ। ਬਹੁਤ ਸਾਰੇ ਲੋਕ ਬਾਬਾ ਰਾਮ ਰਾਏ ਜੀ ਦੀ ਚਰਨ ਪਹੁਲ ਲੈ ਕੇ ਅਤੇ ਸਿੱਖ ਬਣ ਗਏ, ਫੌਜ ਤਿਆਰ ਕਰ ਲਈ ਆ, ਕਾਫੀ ਸੈਨਿਕ ਭਰਤੀ ਕਰ ਲਏ ਆ, ਡੇਰੇ ਦੇ ਵਿੱਚ ਸਾਜੋ ਸਮਾਜ ਬਹੁਤ ਹੈ, ਸਮਾਨ ਬਹੁਤ ਹੈ, ਘੋੜੇ ਹਾਥੀ ਬਹੁਤ ਹਨ। ਇੰਨੀ ਵਡਿਆਈ ਦੇ ਹੁੰਦਿਆਂ ਹੋਇਆਂ ਪਰ ਪਿਤਾ ਸਤਿਗੁਰੂ ਜੀ ਦੀ ਪ੍ਰਸੰਨਤਾ ਨਹੀਂ ਹੈ, ਇਸ ਕਰਕੇ ਚਿੱਤ ਉਦਾਸ ਹੈ ਕਿ ਸਤਿਗੁਰੂ ਜੀ ਦੀ ਪ੍ਰਸੰਨਤਾ ਲੈਣੀ ਹੈ। ਹਰ ਖਨਾ ਕਰੇ ਕਬੂ ਤਿਸ ਬੇਰਾ, ਤਦੋਂ ਕਿਸੇ ਵੇਲੇ ਵੀ ਮਨ ਵਿੱਚ ਉਹ ਪੀੜਾ ਹੈ ਨਾ ਕਿ ਸਤਿਗੁਰਾਂ ਦੇ ਦਰਸ਼ਨ ਕਰਨੇ ਜਾ ਕੇ ਕਦੋਂ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਣ, ਸੋ ਹਰਖ ਨਹੀਂ ਕਰ ਰਹੇ, ਚਿੱਤ ਜਿਹੜਾ ਹੈ ਖੁਸ਼ ਨਹੀਂ ਹੋ ਰਿਹਾ। ਸਕਲ ਸਮਾਜ ਤਹਾਂ ਹੀ ਛੋਰਾ, ਸਾਰਾ ਸਾਜੋ ਸਮਾਨ ਉੱਥੇ ਹੀ ਛੱਡ ਦਿੱਤਾ ਹੈ। ਲੈ ਕਰ ਸੰਗ ਆਪਣੇ ਥੋੜਾ, ਔਰ ਥੋੜਾ ਜਿਹਾ ਨਾਲ ਆਪਣੇ ਲੈ ਕਰਕੇ, ਦਿੱਲੀਪੁਰ ਨਿਜ ਸਿੱਖ ਟਿਕਾਏ, ਆਪਣੇ ਸਾਥੀ ਸਿੱਖਾਂ ਨੂੰ ਦਿੱਲੀਪੁਰ ਵਿੱਚ ਹੀ ਟਿਕਾ ਦਿੱਤਾ ਹੈ। ਰਾਖਿਓ ਸਭ ਸਮਾਜ ਸਮੁਦਾਏ, ਔਰ ਸਾਰਾ ਸਾਜੋ ਸਮਾਨ ਇੱਥੇ ਹੀ ਰੱਖਿਆ ਹੈ। ਅਲਪ ਨਰਨ ਸੋ ਕੀਨਸ ਪਿਆਨਾ, ਕੁਝ ਕੁ ਮਨੁੱਖਾਂ ਨੂੰ ਨਾਲ ਲੈ ਕਰਕੇ ਚਾਲੇ ਪਾਏ ਹਨ। ਚਲਤ ਬਸੂਰਤ ਹਿਰਦੇ ਮਹਾਨਾ, ਚੱਲਦਿਆਂ ਹੋਇਆਂ ਹਿਰਦੇ ਵਿੱਚ ਵੀ ਬਹੁਤ ਝੂਰ ਰਹੇ ਹਨ। ਮਾਰਗ ਆਵਤ ਕੀਰਤ ਪੁਰ ਕੇ, ਕਵੀ ਜੀ ਕਹਿ ਰਹੇ ਹਨ ਕਿ ਬਾਬਾ ਰਾਮ ਰਾਏ ਜੀ ਕੀਰਤਪੁਰ ਨਗਰ ਦੇ ਰਸਤੇ ਆ ਰਹੇ ਹਨ। ਜਿਹਦੇ ਵਿਚਾਰਤ ਚਰਤ ਜੇ ਗੁਰ ਕੇ, ਧੰਨ ਸਤਿਗੁਰੂ ਗਰੀਬ ਨਵਾਜ ਜੀ ਦੇ ਚਰਿੱਤਰ ਕੌਤਕ
ਆਪਣੇ ਹਿਰਦੇ ਵਿੱਚ ਵਿਚਾਰ ਰਹੇ ਹਨ। ਕਰਮ ਤੇ ਕਰਿਓ ਉਲੰਘਨ ਸਾਰੋ, ਕਰਮ ਕਰਮ ਕਰਕੇ ਸਾਰਾ ਹੀ ਰਸਤਾ ਜੋ ਹੈ ਲੰਘਣਾ ਕੀਤਾ ਹੈ। ਦਵਾਦਸ਼ ਕੋਸ ਪੰਥ ਰਹਿ ਸਾਰੋ, ਜਦੋਂ ਦੋ ਕੋ ਬਾਰਾਂ ਕੋ ਰਸਤਾ ਰਹਿ ਗਿਆ ਹੈ। ਡੇਰਾ ਕਰਿਓ ਟਿਕਾਵਨ ਤਹੀ, ਆਪਣੇ ਡੇਰੇ ਨੂੰ ਉੱਥੇ ਹੀ ਟਿਕਾ ਲਿਆ ਹੈ। ਗੁਰ ਬਚ ਕੋ ਚਿਤਵਿਓ ਚਿਤ ਮਹੀ, ਕਿਉਂਕਿ ਸਤਿਗੁਰੂ ਜੀ ਦੇ ਬਚਨ ਨੂੰ ਚਿੱਤ ਵਿੱਚ ਚਿਤਵਣਾ ਕੀਤਾ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਤੋਂ ਸਾਡੇ ਮੱਥੇ ਨਹੀਂ ਲੱਗਣਾ, ਸਾਡੇ ਮੁੱਖ ਨਹੀਂ ਲੱਗਣਾ। ਇਸ ਕਰਕੇ ਸਤਿਗੁਰੂ ਜੀ ਦੇ ਇਹ ਬਚਨ ਦੀ ਪਾਲਣਾ ਕਰਦਿਆਂ ਬਾਰਾਂ ਕੋਹ ਦੂਰ ਡੇਰਾ ਕਰ ਲਿਆ ਹੈ। ਮੁਖ ਨਾ ਦਿਖਾਵੋ ਆਪਣੋ ਆਏ, ਕੀ ਬਚਨ ਹੈ ਕਵੀ ਜੀ ਲਿਖ ਰਹੇ ਹੈ ਕਿ ਸਤਿਗੁਰਾਂ ਬਚਨ ਕੀਤਾ ਤੂੰ ਆਪਣਾ ਮੂੰਹ ਨਾ ਆ ਕੇ ਵਿਖਾ। ਯਾਂ ਤੇ ਨਹਿ ਗਮਨਿਓ ਅਗਵਾਈ, ਇਸ ਕਰਕੇ ਰਾਮ ਰਾਏ ਜੀ ਅੱਗੇ ਨਹੀਂ ਗਏ। ਹਿਰਦੈ ਵਿਖੇ ਗਿਣ ਗਿਣ ਬਹੁ ਗਿਣਤੀ, ਔਰ ਆਪਣੇ ਹਿਰਦੇ ਵਿੱਚ ਬਹੁਤ ਹੀ ਵਿਚਾਰਾਂ ਨੂੰ ਵਿਚਾਰ ਕਰਕੇ ਲਿਖੀ ਪੱਤਰਕਾ ਨਿਜ ਕਰ ਬਿਨਤੀ, ਆਪਣੇ ਵੱਲੋਂ ਬੇਨਤੀ ਕਰਕੇ ਸਤਿਗੁਰੂ ਜੀ ਨੂੰ ਚਿੱਠੀ ਲਿਖੀ ਹੈ। ਰਾਵਰ ਕੀ ਆਗਿਆ ਜਿਮ ਹੋਏ, ਹੇ ਪਿਤਾ ਸਤਿਗੁਰੂ ਜੀ ਜਿਵੇਂ ਆਪ ਜੀ ਦੀ ਆਗਿਆ ਹੋਵੇ, ਕਰੀ ਜਾਏ ਸਭ ਹੂੰ ਤੇ ਸੋਏ, ਸੱਚੇ ਪਾਤਸ਼ਾਹ ਉਸੇ ਤਰ੍ਹਾਂ ਹੀ ਕੀਤਾ ਜਾਵੇ ਮੇਰੇ ਪਾਸੋਂ। ਬਿਨ ਮਰਜ਼ੀ ਮੈਂ ਨਿਕਟ ਨਾ ਆਇਓ, ਮੈਂ ਆਪ ਜੀ ਦੀ ਮਰਜ਼ੀ ਤੋਂ ਬਿਨਾਂ ਆਪ ਜੀ ਦੇ ਪਾਸ ਨਹੀਂ ਆਇਆ। ਦਰਸ਼ਨ ਕੋ ਹੀਰਾ ਲਲਚਾਇਓ, ਭਾਵੇਂ ਕਿ ਮੇਰਾ ਹਿਰਦਾ ਆਪ ਜੀ ਦੇ ਦਰਸ਼ਨਾਂ ਨੂੰ ਬਹੁਤ ਚਮਦਾ ਲਚਮਦਾ ਹੈ। ਜਿਮ ਆਇਸ ਅਬ ਤੈਸੇ ਕਰੋ, ਹੁਣ ਮੈਨੂੰ ਕੀ ਆਗਿਆ ਹੈ, ਜਿਵੇਂ ਸੱਚੇ ਪਾਤਸ਼ਾਹ ਆਗਿਆ ਹੋਵੇ ਉਸੇ ਤਰ੍ਹਾਂ ਹੀ ਮੈਂ ਕਰਾਂਗਾ। ਆਪਣੋ ਦੋਸ਼ ਆਪ ਹੀ ਭਰੋ, ਜੋ ਮੈਂ ਦੋਸ਼ ਕੀਤਾ ਹੈ, ਗੁਨਾਹ ਕੀਤਾ ਹੈ। ਸਤਿਗੁਰੂ ਜੀ ਦੀ ਬਾਣੀ ਦਾ ਗੁਰੂ ਕੇ ਪਿਆਰਿਓ ਇੱਕ ਅੱਖਰ ਜ਼ੁਬਾਨੀ ਪਲਟਿਆ ਹੈ, ਉਹ ਮੇਰੇ ਸਿਰ ਦੋਸ਼ ਲੱਗਾ ਹੈ। ਵੇਖੋ ਬਾਬਾ ਰਾਮ ਰਾਏ ਜੀ ਨੇ ਆਪਣਾ ਦੋਸ਼ ਮੰਨਿਆ, ਸਤਿਗੁਰੂ ਮਹਾਰਾਜ ਜੀ ਦੇ ਕੋਲ ਬਖਸ਼ਾਉਣ ਵਾਸਤੇ ਆਏ ਆ। ਗੁਰੂ ਪਿਆਰਿਓ ਧੰਨ ਗੁਰੂ ਗਰੀਬ ਨਿਵਾਸ ਜੀ ਨੇ ਇਸ ਪ੍ਰਸੰਗ 'ਚ ਅੱਗੇ ਆਵੇਗਾ ਕਿ ਵਚਨ ਕਰਤੇ ਕਿ ਤੂੰ ਜਿੱਧਰ ਤੇਰਾ ਮੂੰਹ ਹੈ ਤੂੰ ਉੱਧਰ ਚਲਾ ਜਾ, ਸਾਡੇ ਪਾਸ ਨਹੀਂ ਆਉਣਾ। ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ, ਕੋਈ ਪੁੱਤਰ ਦਾ ਮੋਹ ਨਹੀਂ ਕੀਤਾ, ਨਹੀਂ ਤੇ ਮੋਹ ਦੇ ਮਾਰੇ ਜਿਹੜੇ ਆ ਨਾ, ਭਾਵੇਂ ਪੁੱਤ ਆ ਕੇ ਦਾੜੀ ਪੁੱਟੇ, ਜੁੰਡੇ ਖੁੱਲ੍ਹੇ, ਹੋਰ ਘਸੁੰਨ ਮਾਰੇ, ਪਰ ਮੋਹ ਦੇ ਮਾਰੇ ਜਿਹੜੇ ਆ ਕਹਿੰਦੇ ਤੂੰ ਹੀ ਸਾਡਾ ਪੁੱਤ ਆ, ਤੇਰੇ ਬਿਨਾਂ ਨਹੀਂ ਸਾਡਾ ਸਰਨਾ। ਪੁੱਤ ਲੜਾਈ ਕਰੇ ਉਹਨੂੰ ਰਾਜ ਦੇਣ ਦੇ, ਕਹਿੰਦੇ ਕੋਈ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਮੋਹ ਤੋਂ ਰਹਿਤ ਹਨ ਅਤੇ ਗੁਰਸਿੱਖਾਂ ਨੂੰ ਮੋਹ ਤੋਂ ਰਹਿਤ ਕਰਨ ਵਾਲੇ ਹਨ। ਗਰੀਬ ਨਿਵਾਸ ਜੀ ਨੇ ਪੁੱਤਰ ਮੋਹ ਨਹੀਂ ਕੀਤਾ, ਪਰ ਸਤਿਗੁਰਾਂ ਦੀ ਬਾਣੀ ਦਾ ਅਦਬ ਆਪ ਰੱਖਿਆ ਔਰ ਗੁਰਸਿੱਖਾਂ ਨੂੰ ਸਿਖਾਇਆ, ਔਰ ਸਾਰੀ ਉਮਰ ਬਾਬਾ ਰਾਮ ਰਾਏ ਜੀ ਨੂੰ ਧੰਨ ਗੁਰੂ ਗਰੀਬ ਨਿਵਾਸ ਜੀ ਨੇ ਆਪਣੇ ਮੁੱਖ ਨਹੀਂ ਲਾਇਆ, ਗੁਰਗੱਦੀ ਨਹੀਂ ਬਖਸ਼ਿਸ਼ ਕੀਤੀ। ਬਾਬਾ ਰਾਮ ਰਾਏ ਜੀ ਨੇ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸ਼ਰਨਾਂ ਦੀ ਸ਼ਰਨ ਵਿੱਚ ਆ ਕਰਕੇ ਫਿਰ ਆਪਣੀ ਭੁੱਲ ਬਖਸ਼ਾਈ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਬਾ ਰਾਮ ਰਾਏ ਨੂੰ ਬਖਸ਼ ਲਿਆ। ਉਸ ਸਮੇਂ ਜਮਨਾ ਦੇ ਵਿੱਚ ਬੇੜੀ 'ਚ ਸਤਿਗੁਰੂ ਗਰੀਬ ਨਿਵਾਸ ਜੀ ਦੇ ਚਰਨੀ ਲੱਗੇ। ਇਹਦੇ ਸਾਥੀ ਜੋ ਸਨ ਉਹਨਾਂ ਨੇ ਸਤਿਗੁਰਾਂ ਵੱਲ ਪਿੱਠ ਕਰ ਲਈ, ਕੰਢੇ 'ਤੇ ਖੜ੍ਹੇ ਰਹੇ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਕਿਹਾ ਕਿ ਇਹ ਹੁਣ ਪ੍ਰੇਤ ਬਣਨਗੇ। ਜਦੋਂ ਪੰਜ ਪਿਆਰੇ ਸਾਹਿਬ ਗੁਰੂ ਕੇ ਪਿਆਰਿਓ ਇਹ ਵਚਨ ਕਰਦੇ ਆ, ਰਾਮ ਰਾਈਏ ਗੰਗੂ ਛਾਈਏ ਧੀਰ ਮਲੀਏ, ਇੱਦਾਂ ਇਹ ਪੰਜਾਂ ਨੂੰ ਮੀਣੀ 'ਤੇ ਮਸਾਉਂਦੇ, ਇਹਨਾਂ ਨੂੰ ਤੁਸੀਂ ਅੱਜ ਤੋਂ ਗੁਰੂ ਕੇ ਸਿੱਖੋ ਮੂੰਹ ਨਹੀਂ ਲਾਉਣਾ। ਸੋ ਇਸ ਪ੍ਰਕਾਰ
ਉਹ ਰਾਮ ਰਾਈਏ ਕਿਹੜੇ ਆ ਜਿਨ੍ਹਾਂ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲ ਪਿੱਠ ਕੀਤੀ ਸੀ? ਰਾਮ ਰਾਏ ਜੀ ਨੇ ਤਾਂ ਧੰਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਣੀ ਪੈ ਕੇ ਆਪਣੇ ਆਪ ਨੂੰ ਬਖਸ਼ਾ ਲਿਆ ਸੀ। ਸੋ ਅੱਜ ਰਾਮ ਰਾਈਏ ਕਿਹੜੇ ਆ ਜਿਹੜੇ ਧੰਨ ਗੁਰੂ ਗਰੀਬ ਨਵਾਜ ਜੀ ਦੀ ਪਾਵਨ ਬਾਣੀ 'ਤੇ ਅਨੇਕਾਂ ਤਰਕਾਂ ਕਰਦੇ ਆ। ਮੂਰਖ ਮਤ ਦੇ ਅਨੁਸਾਰ ਆਪਣੀ ਅਗਲ ਜਿਹੋ ਜਿਹੀ ਹੈ ਉਹਦੇ ਨਾਲ ਅਰਥ ਜਿਹੜੇ ਆ ਵਿਗੇ ਟੇਢੇ ਕਰਦੇ ਆ, ਗੁਰਮਤ ਦੇ ਆਸ਼ੇ ਤੋਂ ਹੀਣੇ ਅਰਥ ਕਰਕੇ ਅਤੇ ਅਣਭੋਲ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦੇ ਆ। ਉਹ ਸਾਰੇ ਰਾਮ ਰਾਈਏ ਜਾਣੂ। ਧੰਨ ਗੁਰੂ ਗਰੀਬ ਨਵਾਜ ਜੀ ਨੇ ਰਾਮ ਰਾਏ ਨੂੰ ਤਾਂ ਵੇਖੋ ਇੰਨੀ ਭਾਰੀ ਸਜ਼ਾ ਦੇ ਕੇ ਫਿਰ ਦਸਵੇਂ ਸਰੂਪ ਵਿੱਚ ਬਖਸ਼ ਲਿਆ ਸੀ, ਪਰ ਪਿਆਰਿਓ ਇਹਨਾਂ ਨੂੰ ਕੌਣ ਬਖਸ਼ੇਗਾ? ਸੋ ਰਹੋ ਵਿਚਾਰ, ਜਿਹੜੇ ਵੀ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਤੇ ਤਰਕਾਂ ਕਰਦੇ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ, ਔਰ ਜੇ ਕੋਈ ਪਹਿਲਾਂ ਕੀਤੀ ਹੈ ਉਹਦੀ ਭੁੱਲ ਪੰਜਾਂ ਪਿਆਰਿਆਂ ਕੋਲੋਂ ਬਖਸ਼ਾਉਣੀ ਚਾਹੀਦੀ ਹੈ। ਹਾਂਜੀ, ਇਤਿਹਾਦਿਕ ਲਿਖ ਪੱਤਰ ਪਠਾਈ। ਰਾਮ ਰਾਏ ਜੀ ਨੇ ਬੇਨਤੀ ਕੀਤੀ, ਮਹਾਰਾਜ ਜੋ ਮੇਰੇ ਕੋਲੋਂ ਭੁੱਲ ਹੋਈ ਹੈ, ਉਹ ਜੋ ਮੈਂ ਗੁਨਾਹ ਕੀਤਾ, ਮੈਂ ਆਪ ਹੀ ਉਹਦੀ ਸੋ ਸੱਚੇ ਪਾਤਸ਼ਾਹ ਜੀ ਉਹਨੂੰ ਮੈਂ ਭਰਨਾ ਕਰਾਂਗਾ, ਮੈਂ ਆਪ ਜੀ ਦੇ ਪਾਸੋਂ ਬਖਸ਼ਾਉਣਾ ਕਰਾਂਗਾ। ਇਤਿਹਾਸਿਕ ਬੇਨਤੀਆਂ ਲਿਖ ਕਰਕੇ ਇਹ ਚਿੱਠੀ ਭੇਜੀ ਹੈ। ਸ਼੍ਰੀ ਸਤਿਗੁਰ ਕੇ ਢਿੱਗ ਪਹੁੰਚਾਈ। ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਪਾਸ ਇਹ ਚਿੱਠੀ ਪਹੁੰਚੀ ਹੈ। ਦੇਖਤ ਸ਼੍ਰੀ ਹਰਿ ਰਾਏ ਸੁਜਾਨਾ। ਵੇਖ ਕਰਕੇ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਅੰਤਰਜਾਮੀ ਪ੍ਰਵੀਨ ਸਤਿਗੁਰੂ ਸੁਤ ਕੋ ਸਰਬ ਬਿਰਤਾਂਤ ਪਛਾਨਾ। ਆਪਣੇ ਸਪੁੱਤਰ ਦਾ ਸਾਰਾ ਪ੍ਰਸੰਗ ਪਛਾਣਿਆ ਹੈ। ਕਹਿਓ ਤਾਹੇ ਜੋ ਪੱਤਰੀ ਲਿਆਇਓ। ਜੋ ਚਿੱਠੀ ਲੈ ਕਰਕੇ ਆਇਆ ਸੀ ਸਤਿਗੁਰਾਂ ਨੂੰ ਵਚਨ ਕੀਤੇ ਹਨ। ਹਮ ਮਿਲਬੇ ਕਿਮ ਚਿੱਤ ਲਲਚਾਇਓ। ਸਾਨੂੰ ਮਿਲਣ ਵਾਸਤੇ ਕਿਵੇਂ ਇਹਦਾ ਚਿੱਤ ਲਲਚਾਉਂਦਾ ਹੈ? ਹੁਕਮ ਅਦੂਲੀ ਕਰ ਅਪਰਾਧੂ। ਹੁਕਮ ਅਦੂਲੀ ਕਰਨ ਦਾ ਵੱਡਾ ਅਪਰਾਧ ਕੀਤਾ ਹੈ। ਕੈਸੇ ਬਣਿਓ ਚਾਹੇ ਅਬ ਸਾਧੂ। ਔਰ ਹੁਣ ਕਿਵੇਂ ਉਹ ਸਾਧੂ ਬਣਨਾ ਚਾਹੁੰਦਾ ਹੈ, ਕਿਵੇਂ ਸ੍ਰੇਸ਼ਟ ਬਣਨਾ ਚਾਹੁੰਦਾ ਹੈ? ਗਮਨ ਸਮੇਂ ਹਮ ਬਹੁਤ ਸਮਝਾਇਓ। ਇਹਨੂੰ ਤੁਰਨ ਲੱਗਿਆ ਰਾਮ ਰਾਏ ਨੂੰ ਅਸੀਂ ਬਹੁਤ ਸਮਝਾਇਆ ਸੀ। ਸਿੱਖਿਆ ਨਹੀਂ ਨੈਕ ਮਨ ਲਿਆਇਓ। ਪਰ ਸਾਡੀ ਸਿੱਖਿਆ ਨੂੰ ਥੋੜੀ ਮਾਤਰ ਵੀ ਮਨ ਵਿੱਚ ਨਹੀਂ ਵਸਾਉਣਾ ਕੀਤਾ। ਇੱਕ ਤਾਂ ਬਾਰ ਬਾਰ ਕਰ ਅਜ਼ਮਤ। ਇੱਕ ਤਾਂ ਇਹ ਹੈ ਕਿ ਜੋ ਅਸੀਂ ਸ਼ਕਤੀ ਨੂੰ ਬਖਸ਼ੀ ਹੈ, ਬਾਰ ਬਾਰ ਐਵੇਂ ਸ਼ਕਤੀਆਂ ਵਿਖਾਈ ਗਿਆ। ਬਿਨਾਂ ਪ੍ਰਯੋਜਨ ਠਾਨੀ ਜਿੱਤ ਕਿਤ। ਕੋਈ ਪ੍ਰਯੋਜਨ ਨਹੀਂ, ਇੱਕ ਤਾਂ ਨਾ ਗੁਰਮਤ ਸਿੱਧ ਕਰਨੀ ਹੈ, ਗੁਰਮਤ ਦੀ ਵਡਿਆਈ ਸਿੱਧ ਕਰਨੀ ਹੈ, ਉੱਥੇ ਪ੍ਰਯੋਜਨ ਹੈ। ਪਰ ਬਿਨਾਂ ਪ੍ਰਯੋਜਨ ਤੋਂ ਜਿੱਥੇ ਕਿਤੇ ਇਹ ਸ਼ਕਤੀਆਂ ਵਿਖਾਈ ਗਿਆ। ਤੁਰਕੇ ਛਿਰ ਸੋ ਫੂਤਰ ਖੈਬੇ। ਔਰ ਤੁਰਕਾਂ ਦੇ ਰਾਜੇ ਨਾਲ ਆਪਣਾ ਰਸ ਰੱਖਣ ਵਾਸਤੇ। ਕੱਲ ਮੁਲਾਹਜਾ ਕੀਨ ਫਰੇਬੇ। ਸੋ ਮੂੰਹ ਮੁਲਾਜਾ ਰੱਖਣ ਵਾਸਤੇ ਫਰੇਬ ਕੀਤਾ ਹੈ। ਸ਼੍ਰੀ ਨਾਨਕ ਪਤ ਚੌਦਹ ਲੋਕ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਚੌਦਾਂ ਭਵਨਾਂ ਦੇ ਮਾਲਕ। ਤਿਨਕੋ ਆਛੈ ਬੀਚ ਸਲੋਕ। ਜਿਸ ਸਲੋਕ ਦੇ ਵਿੱਚ ਸਤਿਗੁਰੂ ਜੀ ਨੇ ਇਹ ਆਸ਼ਾ ਰੱਖਿਆ ਸੀ। ਸੋ ਛਿਪਾਏ ਕੈ ਅਨੰਤ ਸੁਣਾਇਓ। ਉਹ ਸਿਧਾਂਤ ਨੂੰ ਛਿਪਾ ਕਰਕੇ ਤਾਂ ਹੋਰ ਹੀ ਕੁਝ ਸੁਣਾ ਦਿੱਤਾ। ਉਤੋਂ ਅਪਰ ਤਿਸ ਅਪਰ ਬੁਝਾਇਓ। ਹੈ ਕੁਝ ਹੋਰ ਸੀ ਤੇ ਹੋਰ ਹੀ ਉੱਥੇ ਦੱਸ ਦਿੱਤਾ। ਕਹਾਂ ਤਰਾਸ ਤੁਰਕੇਸ਼ਰ ਕੇਰਾ। ਮਹਾਰਾਜ ਜੀ ਨੇ ਵਜਨ ਕੀਤਾ, ਇਹਨੂੰ ਕਾਹਦਾ ਡਰ ਸੀ ਤੁਰਕਾਂ ਦੇ ਰਾਜੇ ਦਾ? ਜਿਸਕੋ ਮਾਨਿਓ ਜਾਨ ਵਡੇਰਾ। ਜਿਸ ਨੂੰ ਉਹ ਵੱਡਾ ਜਾਣ ਕੇ ਮੰਨ ਲੈਣਾ ਕੀਤਾ। ਸਦਾ ਸਹਾਇਕ ਹਮ ਤਿਸ ਕੇਰੇ। ਅਸੀਂ ਸਦਾ ਹੀ ਜਿਸ ਦੇ ਸਹਾਇਕ ਭਾਵ ਰਾਮ ਰਾਏ ਦੇ ਅਸੀਂ ਸਹਾਇਤਾ ਕਰਨ ਵਾਲੇ ਸਾਂ। ਚਾਹੇ ਸੋ ਕਰਤ ਨਾ ਲਾਗਤ ਦੇ ਦੇ। ਜੋ ਚਾਹੁੰਦਾ ਕਰ ਲੈਂਦਾ, ਥੋੜੀ ਵੀ ਦੇਰ ਨਹੀਂ ਸੀ ਲੱਗਦੀ। ਮਾਟੀ ਤੁਰਕਨ ਕੀ ਜਮ ਜਲੈ। ਜਿਵੇਂ ਤੁਰਕਾਂ ਦੀ ਮਿੱਟੀ ਜਲ ਰਹੀ ਹੈ, ਜਲਦੀ ਹੈ, ਕਿਉਂਕਿ ਗੁਰੂ ਕੇ ਪਿਆਰਿਓ ਜਦੋਂ
ਮੁਸਲਮਾਨ ਲੋਕ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਉਹਨੂੰ ਕਬਰ ਪੁੱਟ ਕੇ ਉੱਥੇ ਦੱਬ ਆਉਂਦੇ ਆ ਚੀਕਨੀ ਮਿੱਟੀ ਵਿੱਚ, ਦੱਬ ਕੇ ਮਿੱਟੀ ਵਿੱਚ ਉੱਤੋਂ ਸੋ ਚੰਗੀ ਤਰ੍ਹਾਂ ਟੱਕ ਦਿੰਦੇ ਆ, ਮਿੱਟੀ ਦੇ ਵਿੱਚ ਦੱਬ ਦਿੰਦੇ ਹਨ। ਸਮਾਂ ਪਾ ਕੇ ਜਦੋਂ ਉਹ ਮਿੱਟੀ ਖੁਰ ਜੋ ਨਿਸ਼ਾਨ ਮਿਟ ਜਾਂਦਾ ਉੱਪਰੋਂ, ਔਰ ਘੁਮਿਆਰ ਜੋ ਹੈ ਗੁਰੂ ਕੇ ਪਿਆਰੇ ਉਹ ਘੁਮਿਆਰ ਕਹਿੰਦੇ ਆ ਜੋ ਭਾਂਡੇ ਬਣਾਉਂਦਾ ਹੈ ਦੀਵੇ ਆਦਿ ਮਿੱਟੀ ਦੇ ਭਾਂਡੇ ਬਣਾਉਣ ਵਾਲਾ, ਉਹਨੂੰ ਬਰਤਨ ਬਣਾਉਣ ਵਾਸਤੇ ਚੀਕਨੀ ਮਿੱਟੀ ਦੀ ਲੋੜ ਹੁੰਦੀ ਹੈ, ਫਿਰ ਉੱਥੇ ਜਾਂਦਾ ਚੀਕਨੀ ਮਿੱਟੀ ਜੋ ਲਿਆਉਂਦਾ ਹੈ ਉਹ ਕਬਰ ਤੋਂ ਜਾਂ ਉਸ ਸਥਾਨ ਤੋਂ ਚੀਕਨੀ ਮਿੱਟੀ ਵਾਲੇ ਥਾਂ ਤੋਂ ਲਿਆ ਕਰਕੇ ਫਿਰ ਉਹਦੇ ਗੁਣ ਕਰਕੇ ਜਦੋਂ ਬਰਤਨ ਬਣਾ ਕੇ ਆਵੀ ਦੇ ਵਿੱਚ ਰੱਖਦਾ ਹੈ, ਆਵੀ ਨੂੰ ਤਾ ਦਿੰਦਾ ਹੈ, ਉਹ ਫਿਰ ਬਲਦੀ ਹੈ ਔਰ ਮਿੱਟੀ ਜੋ ਹੈ ਨਾ ਜਲ ਜਲ ਰੋਵੈ ਬੱਪੜੀ ਝੜ ਝੜ ਪਵੇ ਅਗਿਆਰ, ਸਤਿਗੁਰੂ ਜੀ ਨੇ ਵਚਨ ਕੀਤੇ ਹੈ ਨਾ। ਹਾਂਜੀ, ਅਜ਼ਮਤ ਬਲ ਤੇ ਤਿਸ ਅਗਵਾਈ, ਸੱਚੇ ਪਾਤਸ਼ਾਹ ਇੱਥੇ ਇਹ ਵਚਨ ਕਰ ਰਹੇ ਹੈ ਕਿ ਭਾਵੇਂ ਸ਼ਕਤੀ ਦੇ ਬਲ ਦੇ ਨਾਲ ਉੱਥੇ ਲਿਆ ਕੇ ਵਿਖਾ ਦਿੰਦਾ ਉਹਦੇ ਅੱਗੇ, ਮਾਟੀ ਜਲਤੀ ਕਿਉਂ ਨਾ ਦਿਖਾਈ, ਤੇ ਕਿਉਂ ਨਾ ਇਹਨੇ ਮਿੱਟੀ ਸੜਦੀ ਹੋਈ ਬਲਦੀ ਹੋਈ ਵਿਖਾ ਦਿੱਤੀ। ਜੋ ਹੰਕਾਰ ਕਰਦੇ ਹੈ ਔਗਣਾਂ ਦੀ ਨਿੰਦਿਆ ਲਿਖੀ ਹੈ। ਸੋ ਇਸ ਪ੍ਰਕਾਰ ਕਿਸੇ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਕੋਈ ਰਾਗ ਨਹੀਂ, ਰਾਗ ਦੁਆਸ਼ ਤੋਂ ਰਹਿਤ ਬਾਣੀ ਸੱਚੇ ਬਚਨ ਹਨ ਬਾਣੀ ਵਿੱਚ ਹੈ। ਮਹਾਰਾਜ ਕਹਿੰਦੇ ਉਸ ਯਥਾਰਥ ਜੋ ਅਸੀਂ ਵਿਖਾ ਦਿੰਦੇ ਹਨ ਉਸ ਵੇਲੇ ਰਾਮ ਰਾਇ ਵਿਖਾ ਦਿੰਦਾ, ਤ੍ਰਾਸ ਨਾ ਤਨਕ ਜੇ ਤੁਰਕ ਜਿੱਦਤ ਹੈ। ਸੋ ਮਾਤ ਬਖਸ਼ਣੀ, ਆਓ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ। ਸਤਿਗੁਰ ਕੀ ਰਿਸ ਜੁਤ ਸੁਣ ਬਾਣੀ, ਹਟਿਓ ਸੋ ਸਿੱਖ ਜਿਸ ਪੱਤਰੀ ਆਨੀ। ਵਾਹਿਗੁਰੂ ਜੀ ਕਾ ਖਾਲਸਾ।